ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਠ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਦ ਭਾਵੈ ਮੋਹੇ ਸਿਆਣਪ ਕਛੂ ਨ ਆਵੈ ਅੰਬਾਰਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਹਾ ਕਰ ਕਿਰਪਾ ਪ੍ਰਤ ਪਾਲਣ ਲਗ ਕਰੀ ਤੇਰਾ ਕਰਾਰ ਜੀ ਜੰਤ ਤਿਰ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਕੇ ਕਾਰਜ ਆਪ ਖਲੋਆ ਸੰਤਾਂ ਕੇ ਕਾਰਜ ja
जाके अंतर ताले सगले सूरे ताले सगले सूरे संता के घर ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਗੁਰੂ ਦੀ ਹਜ਼ੂਰੀ ਵਿੱਚ ਬੈਠੀ ਸਾਧਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਤਾ ਦੇ ਯੋਗ ਹੋ ਤੁਸੀਂ ਜੋ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਰਹੇ
ਧੰਨ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਜਦੋਂ ਤੁਸੀਂ ਸਵੇਰ ਨੂੰ ਹਰਿਮੰਦਰ ਸਾਹਿਬ ਆ ਸੋਨੇ ਦੀ ਪਾਲਕੀ ਦੇ ਵਿੱਚ ਮਹਾਰਾਜ ਆਉਂਦੇ ਨੇ, ਦੁਨੀਆਂ ਦਾ ਕੋਈ ਬਾਦਸ਼ਾਹ ਵੱਡੇ ਤੋਂ ਵੱਡਾ ਜਿੰਨਾ ਚਿਰ ਜੀਂਦਾ ਹੁੰਦਾ ਉਨਾ ਚਿਰ ਤਾਂ ਉਹਦਾ ਸਤਿਕਾਰ ਹੁੰਦਾ, ਉਹ ਵੀ ਉਸ ਉਹਦੀ ਜੋ ਪਰਜਾ ਹੁੰਦੀ ਨੇ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਬੈਠੇ ਨੇ, ਜਿਨ੍ਹਾਂ ਨੂੰ ਜਿਹੜੇ ਸਵੇਰ ਨੂੰ ਜਦੋਂ ਪਾਲਕੀ ਦੇ ਵਿੱਚ ਆਉਂਦੇ ਨੇ ਗੁਰੂ ਦੇ ਰੂਪ ਵਿੱਚ, ਸਤਿਸੰਗ ਜੀ ਕੋਈ ਇੱਕ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ। ਜਿੱਦਣ 10ਵੇਂ ਪਾਤਸ਼ਾਹ ਨੇ ਜਾਣਾ ਸੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕਹਿੰਦੇ ਵੀ ਤੁਸੀਂ ਹੁਣ ਇੱਥੋਂ ਜਾਓ ਦਿੱਲੀ, ਮਾਤਾ ਸੁੰਦਰ ਜੀ ਦੇ ਕੋਲ ਚਲੇ ਜਾਓ, ਅਸੀਂ ਬੜੇ ਲੰਬੇ ਦੇਸ਼ ਨੂੰ ਜਾਣਾ। ਜਦੋਂ ਪਾਤਸ਼ਾਹ ਨੇ ਪੁੱਛਿਆ, ਮਾਤਾ ਸਾਹਿਬ ਕੌਰ ਜੀ ਕਹਿੰਦੇ ਵੀ ਪਤੀ ਜੀ, ਮੈਂ ਪੰਜਾਬ ਛੱਡ ਕੇ ਗੁਰੂ ਦੇਵ ਜੀ ਤੁਹਾਡੇ ਨਾਲ ਆਈ ਅਤੇ ਹੁਣ ਵੀ ਜਿਹੜੇ ਦੇਸ਼ ਨੂੰ ਜਾਣਾ ਮੈਂ ਜਾਣ ਲਈ ਤਿਆਰ ਹਾਂ। ਮਹਾਰਾਜ ਕਹਿੰਦੇ ਪਾਤਸ਼ਾਹ ਵੀ ਸਾਹਿਬ ਕੋਰੇ, ਉਸ ਦੇਸ਼ ਨੂੰ ਜਾਣਾ ਜਿੱਥੇ ਇਕੱਲਿਆਂ ਜਾਈਦਾ, ਉਸ ਦੇਸ਼ ਨੂੰ ਅਸੀਂ ਜਾਣਾ ਜਿੱਥੇ ਇਕੱਲਿਆਂ ਜਾਈਦਾ। ਮਾਤਾ ਜੀ ਨੇ ਦੂਜਾ ਉੱਤਰ ਨਹੀਂ ਦਿੱਤਾ, ਤੋਂ ਨੇ ਕਿਹਾ ਠੀਕ ਆ, ਹੁਕਮ ਮੰਨਿਆ। ਗੱਲ ਹੁਕਮ ਮੰਨਣ ਦੀ ਆ, ਜਿਸ ਵੇਲੇ ਪਾਤਸ਼ਾਹ ਨੇ ਗੁਰਗੱਦੀ ਦੇਣੀ ਸੀ ਗੁਰੂ ਗ੍ਰੰਥ ਸਾਹਿਬ ਨੂੰ, ਸਿੱਖਾਂ ਨੇ ਪੁੱਛਿਆ ਇਹ ਐਸੇ ਗੁਰੂ ਨੇ ਜਿਹਦੇ ਤੁਸੀਂ ਅੱਜ 5 ਅਖੰਡ ਪਾਠਾਂ ਦੇ ਭੋਗ ਪਾਏ ਨੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ। ਜਦੋਂ ਗੱਦੀ ਦੇਣੀ ਸੀ ਪਾਤਸ਼ਾਹ ਨੇ, ਸਿੱਖਾਂ ਨੇ ਪੁੱਛਿਆ ਵੀ ਪਾਤਸ਼ਾਹ ਸਾਨੂੰ ਕਿਹਦੇ ਲੜ ਲਾਉਣਾ, ਅਤੇ ਮਹਾਰਾਜ ਨੇ ਕਿਹਾ ਦੱਸਦੇ ਹਾਂ ਤੁਹਾਨੂੰ। ਜਦੋਂ 5 ਪਿਆਰਿਆਂ ਦੀ ਚੋਣ ਹੋਈ ਜੋ ਗੁਰੂ ਦੀ ਹਜ਼ੂਰੀ ਵਿੱਚ ਖੜ੍ਹੇ ਕਰਨੇ ਸਨ, ਉਹਨਾਂ ਵਿੱਚ ਉਹੀ ਭਾਈ ਧਰਮ ਸਿੰਘ ਜਿਹੜੇ ਦੂਜੇ ਨੰਬਰ 'ਤੇ ਉੱਠੇ ਸਨ ਅਤੇ ਜਿਨ੍ਹਾਂ ਨੇ ਅਹਿਮਦ ਸ਼ਾਲੀ ਦੀ ਫੌਜ ਨਾਲ, ਨਾਦਰ ਸ਼ਾਹ ਦੀ ਫੌਜ ਨਾਲ ਲੜਦਿਆਂ ਸ਼ਹੀਦੀ ਦਿੱਤੀ, ਭਾਈ ਗੁਰਬਖਸ਼ ਸਿੰਘ, ਦੂਜੇ ਸਿੰਘ ਹੈ ਸਾਹਿਬਾਨ ਉਹ, ਅਤੇ ਤੀਜੇ ਮਹਾਰਾਜ ਨੇ ਜਿਸ ਵੇਲੇ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੋ ਲਾਂਗਰੀ ਸਨ ਮਹਾਰਾਜ ਦੇ, ਇਹਨਾਂ ਜਿਹੜੇ ਸੀਗੇ ਹਰ ਸਿੰਘ ਜੀ, ਉਹ ਰੋਜ਼ ਨਾਮਚਾ ਲਿਖਦੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ। ਜਦੋਂ ਸਿੱਖੋ ਕੋਈ ਵੀ ਕੰਮ ਹੁੰਦਾ ਜਾਂ ਪੰਚਾਇਤਾਂ ਹੁੰਦੀਆਂ ਜਾਂ ਕੋਈ ਪ੍ਰਬੰਧ ਹੁੰਦਾ, ਉਹਨਾਂ ਦਾ ਰੋਜ਼ ਨਾਮਚਾ ਜਾਂ ਉਹਨਾਂ ਦਾ ਜ਼ਰੂਰੀ ਹੁੰਦਾ ਕਿ ਕਾਰਵਾਈ ਕਰਨੀ ਆ, ਅੱਜ ਇਸ ਪੰਚਾਇਤ ਦੀ ਥੱਲੇ ਕਾਰਵਾਈ ਹੋਈ, ਅੱਜ ਇਸ ਕਮੇਟੀ ਦੀ ਕਾਰਵਾਈ ਦੇ ਥੱਲੇ ਹੋਈ। ਦਾਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਇਹਨਾਂ ਮਹਾਂਪੁਰਖਾਂ ਦੀ ਕਿਰਪਾ, ਅਤੇ ਜਿੱਦਣ ਤੋਂ ਦਾਸ ਨੇ ਹੋਸ਼ ਸੰਭਾਲੀ ਆ ਪਾਤਸ਼ਾਹ ਇਹਨਾਂ ਪ੍ਰਬੰਧਾਂ ਵਿੱਚ, ਇਹ ਤੁਹਾਡੀ ਕਿਰਪਾ ਨਾਲ, ਆਸ਼ੀਰਵਾਦਾਂ ਵੱਡੇ ਮਹਾਂਪੁਰਖਾਂ ਨੇ ਮੇਰੇ 'ਤੇ ਬਹੁਤ ਕੀਤੀਆਂ। ਉਹ ਕਾਰਵਾਈ ਹੋਈ ਅਤੇ ਜਿਸ ਵੇਲੇ 5 ਸਿੰਘਾਂ ਨੂੰ ਖੜ੍ਹਿਆ ਕਰਕੇ ਮਹਾਰਾਜ ਨੇ ਗੁਰਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਭਾਈ ਹਰ ਸਿੰਘ ਜੀ ਦੀ ਬੁੱਕ ਸੀ ਇੱਕ, ਉਹਦੇ ਵਿੱਚ ਰੋਜ਼ ਨਾਮਚਾ ਲਿਖਿਆ ਗਿਆ ਸੀ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਭਾਈ ਹਰ ਸਿੰਘ ਜੀ ਦਾ ਰੋਜ਼ ਨਾਮਚਾ ਉਹਦੇ ਵਿੱਚ ਦਰਜ ਸੀ। ਜਦੋਂ ਉਹਨਾਂ ਨੂੰ 5 ਪੈਸੇ ਅਤੇ ਲਲੇਰ ਦੇ ਕੇ ਇਹ ਗੱਦੀ ਦਿੱਤੀ ਗਈ, ਸਤਿਸੰਗਤ ਜੀ ਅੱਜ ਇਹ ਸਾਡੇ ਗੁਰੂ ਨੇ, ਅਤੇ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਮਨਾਉਂਦੇ ਹੋ। ਮੈਂ ਛੋਟ ਜਾਵਾਂ ਕਿਉਂਕਿ ਮੈਨੂੰ ਪਤਾ ਬਹੁਤ ਟਾਈਮ ਆ, ਸਾਡੇ ਵਿਦਵਾਨ ਵੀ ਆ ਗਏ ਰਾਣਾ ਜੀ, ਅਤੇ ਮੈਂ ਇੱਕ ਗੱਲ ਕਰਾਂ ਉਹਨਾਂ ਮਹਾਂਪੁਰਖਾਂ ਦੀ, ਬਾਬਾ ਬਸੰਤ ਸੋਹਣਾ ਦੀ ਦੱਸਦੇ ਆ ਆਪਾਂ। ਮੈਂ ਦਾਸ ਨੇ ਦਰਸ਼ਨ ਨਹੀਂ ਕੀਤੇ ਬਾਬਾ ਗਿਆਨ ਸਿੰਘ ਮਹਾਂਪੁਰਖਾਂ ਦੇ, ਮੈਂ ਤੁਹਾਨੂੰ ਥੋੜ੍ਹੇ ਜਿਹੇ ਬਚਨ ਸੁਣਾਊਂਗਾ ਜੋ ਦਾਸ 'ਤੇ ਵਾਪਰੇ ਨੇ। ਪਰ ਬਾਬਾ ਬਸੰਤ ਸੋਹ ਜੀ ਦੀ ਗੱਲ ਕਹਿੰਦੇ, ਜਦੋਂ ਨਹਿਰੂ ਮਰਿਆ ਅਤੇ ਛੰਨ ਦੇ ਵਿੱਚ ਸੀਗੇ ਬੈਠੇ, ਅਤੇ ਕਾਂ ਬਣ ਕੇ ਆਇਆ ਇੱਕ ਬੱਚਾ ਸੀ ਕਾਂ ਦਾ, ਕਹਿੰਦੇ ਕਰ ਲਓ ਦਰਸ਼ਨ ਪ੍ਰਧਾਨ ਮੰਤਰੀ ਦੇ, ਮਹਾਂਪੁਰਖ ਕਹਿੰਦੇ। ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਦੀ ਤੁਸੀਂ ਅੱਜ ਯਾਦ ਮਨਾ ਰਹੇ ਹੋ ਜਿਸ ਨਗਰ ਦੇ ਬੈਠੇ ਨੇ ਸੈਕਟਰੀ ਸਾਹਿਬ, ਕਹਿਣਾ ਮੈਂ ਨਹੀਂ ਚਾਹੁੰਦਾ ਸੀ ਪਰ ਕਹਿ ਜਾਂਦਾ, ਉੱਥੇ ਸਿੰਘ ਸੀਗੇ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹਨਾਂ ਨੇ ਆਪਣੀ ਟਰਾਲੀ 'ਤੇ ਕੋਈ ਝੋਨੇ ਦਾ ਵਿੱਚੋਂ ਮੱਟੀਆਂ ਦੇ, ਉਦੋਂ ਮੱਟੀਆਂ ਹੁੰਦੀਆਂ ਸੀ ਪੁਰਾਣੀਆਂ, ਉਦੋਂ ਮੱਟੀ ਦੇ ਵਿੱਚੋਂ ਝੋਨਾ ਕੱਢ ਕੇ ਅਤੇ ਟਰਾਲੀ 'ਚ ਰੱਖਿਆ। ਉਹਦੇ ਘਰ ਵਾਲੀ ਕਹਿੰਦੀ ਵੀ ਬੱਚਿਆਂ ਲਈ ਵੀ ਰਹਿਣ ਦਿਓ। ਜਦੋਂ ਉੱਥੇ ਝੋਨਾ ਟਰਾਲੀ ਤੋਂ ਲਾਉਣ ਲੱਗਾ ਉਹ ਬੋਰਾ, ਅਤੇ ਮਹਾਂਪੁਰਖ ਵੱਡੇ ਕਹਿੰਦੇ ਉਹ ਭਾਈ ਤੇਰੇ ਬੱਚਿਆਂ ਨੂੰ ਚਾਹੀਦਾ, ਇੱਥੇ ਨਹੀਂ ਚਾਹੀਦਾ। ਇਹ ਉਸੇ ਨਗਰ ਦੇ ਵਾਸਤੇ ਜਿੱਥੇ ਸਾਡੇ ਸੈਕਟਰੀ ਸਾਹਿਬ ਬੈਠੇ ਨੇ। ਬਾਬਾ ਗਿਆਨ ਸਿੰਘ ਜੀ ਦੀ ਗੱਲ ਕਰਾਂ, ਜਦੋਂ ਤੋਂ ਦਾਸ ਜਾਣ ਲੱਗਾ ਮਹਾਂਪੁਰਖਾਂ ਕੋਲ ਹਰ ਸੰਡੇ ਜਾਈਦਾ ਸੀ,
ਇਹਨਾਂ ਦੇ ਪਿੰਡ ਦੇ ਜਾਹੇਦਾਰ ਸਰਦਾਰ ਬਲਵੀਰ ਸਿੰਘ ਜੀ ਸੀ। ਅੱਜ ਮੇਰਾ ਨਾਂ ਜਦੋਂ ਉਹਨਾਂ ਦਾ ਮੈਂ ਲੈਂਦਾ ਤਾਂ ਦਾਸ ਦੀਆਂ ਅੱਖਾਂ ਭਰੇ ਹੋਣਗੀਆਂ। ਉਹ ਇੱਦਾਂ ਦੇ ਬੰਦੇ ਸਨ, ਪਰ ਦਾਸ ਨੂੰ ਉਹਨਾਂ ਨੇ ਉੱਥੇ ਲਿਜਾਣਾ ਸ਼ੁਰੂ ਕੀਤਾ ਸੀ। ਜਦੋਂ ਬਾਬਾ ਗਿਆਨ ਸਿੰਘ ਜੀ ਦੀ ਗੱਲ ਆਉਂਦੀ ਆ ਤਾਂ ਦਾਸ ਨੂੰ ਜਦੋਂ 84 ਦੇ ਵਿੱਚ, ਤੁਹਾਨੂੰ ਪਤਾ ਹੀ ਆ, ਬਾਕੀ ਦੱਸਣ ਦੀ ਲੋੜ ਨਹੀਂ, ਦਾਸ ਜੇਲ੍ਹ ਵਿੱਚ ਸਨ, ਪਟਿਆਲਾ ਜੇਲ੍ਹ ਵਿੱਚ। ਜਿਸ ਵੇਲੇ ਪਟਿਆਲਾ ਜੇਲ੍ਹ 'ਚ ਸੀ, ਦਾਸ ਇੰਟੈਰੋਗੇਸ਼ਨ ਕੱਟ ਕੇ ਚਲਾ ਗਿਆ, ਪਰ ਬਹੁਤੀਆਂ ਗੱਲਾਂ ਜ਼ਿਆਦਾ ਸਨ। ਮੇਰਾ ਹਜੇ ਸਰੀਰ ਨਹੀਂ ਸੀ ਕੰਮ ਕਰਦਾ ਜਦ ਨੂੰ ਇੱਕ ਸਿੰਘ ਸਾਡਾ ਫੜਿਆ ਗਿਆ। ਉਹਨੇ ਦੱਸਤਾ ਕਿ ਸਰਪੰਚ ਸਾਹਿਬ ਕੋਲ ਆਹ ਚੀਜ਼ਾਂ ਹੈਗੀਆਂ। ਅਤੇ ਉੱਧਰੋਂ ਮੇਰਾ ਕਾਕਾ ਢਿੱਲਾ ਹੋ ਗਿਆ, ਬਿਮਾਰ ਹੋ ਗਿਆ। ਇੱਕੋ ਇੱਕ ਕਾਕਾ ਸੀ ਮੇਰਾ ਤਿੰਨਾਂ ਗੁੱਡੀਆਂ ਤੋਂ। ਜਦੋਂ ਮੈਨੂੰ ਪਤਾ ਲੱਗਾ ਸਾਡੇ ਪਰਿਵਾਰ ਦੀ ਕੋਈ ਇੱਦਾਂ ਦੀ ਗੱਲ ਆ ਕਿ ਨਕਸੀਰ ਫੁੱਟ ਕੇ ਮੇਰੇ ਚਾਰ ਭਰਾਵਾਂ ਦੀ ਡੈੱਥ ਹੋਈ, ਉਹ ਬੱਚੇ ਦੇ ਵੀ, ਮੇਰੇ ਕਾਕੇ ਦੇ ਵੀ ਨਕਸੀਰ ਫੁੱਟੀ ਤਾਂ ਉਹਨੂੰ ਹੋਸਪਿਟਲ ਦਾਖਲ ਕੀਤਾ ਗਿਆ। ਪਰ ਜਦੋਂ ਦਾਸ ਨੂੰ ਪਤਾ ਲੱਗਾ ਪਟਿਆਲਾ ਜੇਲ੍ਹ ਦੇ ਵਿੱਚ, ਦਾਸ ਨੇ ਬੇਨਤੀ ਕੀਤੀ, ਮਹਾਂਪੁਰਖਾਂ ਨੂੰ ਲੈਟਰ ਲਿਖਿਆ ਵੀ ਮਹਾਂਪੁਰਖੋ ਪਿਛਲਾ ਇਤਿਹਾਸ ਪੜ੍ਹਦੇ ਸੀ ਵੀ ਸਿੱਖਾਂ ਦੇ ਕੀ ਹੋਇਆ, ਦਾਸ ਤਾਂ ਵਾਪਰਿਆ, ਪਰ ਜਿੱਥੇ ਤੁਸੀਂ ਮੈਨੂੰ ਇੰਟੈਰੋਗੇਸ਼ਨ 'ਚੋਂ ਕੱਟ ਕੇ ਐਨ ਸਾਫ਼ ਕਰਕੇ ਲੈ ਕੇ ਗਏ ਹਾਂ, ਇਸੇ ਤਰ੍ਹਾਂ ਦਾਸ ਦਾ ਬੱਚਾ ਵੀ ਕਿਰਪਾ ਕਰਿਓ। ਮਹਾਂਪੁਰਖਾਂ ਨੇ ਸੈਕਟਰੀ ਸਨ ਜੌਹਰ ਸਾਹਿਬ ਹਰਭਜਨ ਸਿੰਘ ਜੀ, ਮਹਾਂਪੁਰਖ ਉਹ ਜੌਹਰਾਂ ਦੇ ਸੈਕਟਰੀ, ਮਹਾਂਪੁਰਖਾਂ ਦੇ ਸੈਕਟਰੀ ਸਨ। ਚਿੱਠੀ ਲੈਟਰ ਪੜ੍ਹ ਕੇ ਬਾਬਾ ਗਿਆਨ ਸਿੰਘ ਨੂੰ ਉਹਨਾਂ ਨੇ ਸੁਣਾਇਆ। ਬਾਬਾ ਜੀ ਕਹਿੰਦੇ ਸਰਪੰਚ ਨੂੰ ਚਿੱਠੀ ਲਿਖਦੇ ਤੇਰੇ ਕਾਕੇ ਦਾ ਬਾਹਰ ਵਿੰਗਾ ਨਹੀਂ, ਬਾਹਰ ਵਿੰਗਾ ਨਹੀਂ। ਸਾਧ ਸੰਗਤ ਜੀ, ਇਸੇ ਤਰ੍ਹਾਂ ਹੋਇਆ। ਅੱਜ ਉਹ ਮੇਰਾ ਕਾਕਾ 37 ਸਾਲ ਦੀ ਉਮਰ ਦਾ ਆ, ਮਹਾਰਾਜ ਦੀ ਕਿਰਪਾ। ਉਹਦਾ ਕਾਕਾ ਵੀ 16 ਸਾਲ ਦਾ ਹੋ ਗਿਆ, ਉਹ ਵੀ 6'2" ਆ। ਇਹ ਕਿਹਦੀ ਕਿਰਪਾ, ਉਹਨਾਂ ਮਹਾਂਪੁਰਖਾਂ ਦੀਆਂ ਆਸ਼ੀਰਵਾਦਾਂ ਸਨ। ਇਸੇ ਤਰ੍ਹਾਂ ਦਾਸ ਦੇ ਆਉਣ ਦੀ ਵੀ ਇਹੀ ਆ। ਉਹ ਮੈਂ ਤੁਹਾਨੂੰ ਲੰਬੀ ਸਟੋਰੀ ਨਾ ਸੁਣਾਵਾਂ। ਬਾਬਾ ਗਿਆਨ ਸਿੰਘ ਜੀ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹਨਾਂ ਮਹਾਂਪੁਰਖਾਂ ਦੀ ਤੁਸੀਂ ਜੋ ਯਾਦ ਮਨਾ ਰਹੇ ਹੋ, ਮੈਂ ਦਾਸ ਨੇ ਮਹਾਂਪੁਰਖਾਂ ਤੋਂ ਬੇਨਤੀਆਂ ਕਰਕੇ ਬੜਾ ਕੁਛ ਲਿਆ। ਅਸੀਂ ਦਾਸ ਇੱਦਾਂ ਹੀ ਕਰਦਾ ਕਰਦਾ ਇੱਕ ਵਾਰੀ ਸਕੂਟਰ 'ਤੇ ਚਲੇ ਗਿਆ ਅਤੇ ਉਹਨਾਂ ਨੇ ਪੁੱਛਿਆ ਵੀ ਤੂੰ ਕਿੱਥੇ ਫਿਰਦਾ, ਓਏ ਤੈਨੂੰ ਪੁਲਿਸ ਲੱਜਦੀ ਫਿਰਦੀ ਆ, ਦੌੜ ਜਾ ਇੱਥੋਂ। ਮੈਂ ਫਿਰ ਦੂਏ ਦਿਨ ਪ੍ਰਸ਼ਾਦ ਲੈ ਕੇ ਚਲੇ ਗਿਆ। ਇਹ ਕਿਰਪਾ ਉਹਨਾਂ ਦੀਆਂ ਸਨ, ਇਹ ਉਹਨਾਂ ਦੀਆਂ ਕਿਰਪਾ ਜਿਨ੍ਹਾਂ ਦੀ ਤੁਸੀਂ ਯਾਦ ਮਨਾ ਰਹੇ ਹੋ। ਅੱਜ ਬਹੁਤ ਕਿੰਤੂ ਪ੍ਰੰਤੂ ਆ ਰਿਹਾ ਗੱਲਾਂ 'ਤੇ, ਜਿਵੇਂ ਹੁਣੇ ਸੈਕਟਰੀ ਸਾਹਿਬ ਗੱਲ ਕਰਕੇ ਗਏ ਕਿ ਦੁਆਬੇ ਦਾ ਖੇਤਰ ਆ ਜਿਹੜਾ, ਇੱਥੇ ਪੱਤ ਤਪੁਣਾ ਬਹੁਤ ਜ਼ਿਆਦਾ ਸੀ। ਇਹਨਾਂ ਦੇ ਪਿੰਡ 'ਚੋਂ ਹੀ 5 ਸਿੰਘ ਮਿਲਦੇ ਹੁੰਦੇ ਸੀ ਪ੍ਰਸ਼ਾਦਾ ਛਕਾਉਣ ਨੂੰ। ਜਦੋਂ ਅਸੀਂ ਜ਼ਿਮੀਂਦਾਰ ਭਰਾ ਸਾਡੇ, ਜਦੋਂ ਅਸੀਂ ਕਣਕ ਚੱਕਦੇ ਹੁੰਦੇ ਸੀ, 5 ਸਿੰਘਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਈਦਾ ਸੀ। ਪਰ ਉਦੋਂ ਪਿੰਡਾਂ ਦੇ ਵਿੱਚ 5 ਸਿੰਘ ਨਹੀਂ ਸੀ ਮਿਲਦੇ, ਉਹ ਇਹਨਾਂ ਦੇ ਪਿੰਡੋਂ ਮਿਲਦੇ ਸਨ। ਇਹ ਮਹਾਂਪੁਰਖਾਂ ਦੀ ਦੇਣ। ਜਦੋਂ ਉਹਨੇ ਨਗਰ ਕੀਰਤਨ ਸ਼ੁਰੂ ਕੀਤਾ, ਆਲੇ ਦੁਆਲੇ ਤੋਂ ਨਗਰ ਕੀਰਤਨ ਸ਼ੁਰੂ ਕਰਕੇ, ਅਤੇ ਜਿੰਨਾ ਅੰਮ੍ਰਿਤ ਦੁਆਬੇ ਦੇ ਹਲਕੇ ਦੇ ਵਿੱਚ ਛਕਾਇਆ ਗਿਆ, ਇਹਨਾਂ ਮਹਾਂਪੁਰਖਾਂ ਦੀ ਦੇਣ ਸੀ। ਇਹਨਾਂ ਮਹਾਂਪੁਰਖਾਂ ਦਾ ਦੁਆਬਾ ਖੇਤਰ ਦੇਣ ਨਹੀਂ ਦੇ ਸਕਦਾ, ਇਹਨਾਂ ਮਹਾਂਪੁਰਖਾਂ ਦੀ। ਹੋਰ ਮੈਂ ਤੁਹਾਨੂੰ ਬਹੁਤ ਗੱਲਾਂ ਸੁਣਾ ਸਕਦਾ, ਮੈਂ ਤਾਂ ਤੁਹਾਨੂੰ ਸੁਣਾਇਆ ਕਿ ਅੱਜ ਸ਼ਰਧਾ ਤੋੜੀ ਜਾ ਰਹੀ ਆ। ਅੱਜ ਕਹਿੰਦੇ ਆ ਕਿ ਡੇਰੇ ਜਿਹੜੇ ਖਤਮ ਕਰ ਦਿਓ, ਅੱਜ ਸ਼ਰਧਾ ਤੋੜੀ ਜਾ ਰਹੀ ਆ। ਜਦੋਂ ਸਿੱਖ 'ਚੋਂ ਸ਼ਰਧਾ ਮੁੱਕ ਗਈ ਤਾਂ ਸਮਝ ਲਓ ਸਿੱਖੀ ਮੁੱਕ ਗਈ। ਸਿੱਖੀ ਹੈ ਹੀ ਸ਼ਰਧਾ 'ਤੇ ਖੜੀ, ਕਿਉਂਕਿ ਜੇ ਸ਼ਰਧਾ ਹੈ ਨਹੀਂ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਬਣਾਉਣ ਹਟ ਜਾਣਾ। ਅੱਜ ਜੇ ਸ਼ਰਧਾ ਪੈਦਾ ਕਰ ਰਹੇ ਆ, ਜਿੰਨੇ ਮਹਾਂਪੁਰਖ ਹੈਗੇ ਆ ਉਹਨਾਂ ਨੇ ਪ੍ਰਚਾਰ ਕਰਕੇ ਸਿੱਖੀ ਰੱਖੀ ਆ। ਸਾਧ ਸੰਗਤ ਜੀ, ਮੈਨੂੰ ਦੱਸਿਓ ਜਿਹੜੇ ਸਾਡੇ ਬੜੇ ਵੱਡੇ ਪ੍ਰਚਾਰਕ ਆ ਉਹਨਾਂ ਨੇ ਕੀ ਕੀਤਾ? ਅੱਜ ਇੰਗਲੈਂਡ ਨੂੰ ਸਾਰੇ ਪ੍ਰਚਾਰਕ ਭੱਜਦੇ ਆ, ਪਿੰਡਾਂ ਦੇ ਵਿੱਚ ਕੋਈ ਜਾਣ ਨੂੰ ਤਿਆਰ ਨਹੀਂ। ਜਿੱਥੇ ਪਿੰਡਾਂ 'ਚ ਕੌਣ ਜਾਵੇ? ਕਿਉਂਕਿ ਪਿੰਡਾਂ 'ਚ ਉਹਨਾਂ ਨੂੰ ਚਾਹੀਦੀ ਮਾਇਆ, ਪਿੰਡਾਂ 'ਚ ਜਾਂਦੇ ਕੌਣ? ਮਹਾਂਪੁਰਖ। ਉਹ ਜਾ ਕੇ ਪ੍ਰਚਾਰ ਕਰਦੇ ਨੇ। ਅਤੇ ਅੱਜ ਵੀ ਬਾਬਾ ਅਜੀਤ ਸਿੰਘ ਜੀ ਜੋ ਤੁਸੀਂ ਦਰਸ਼ਨ ਕਰਦੇ ਹੋ, ਇਹਨਾਂ ਦਾ ਤੁਸੀਂ ਪ੍ਰਚਾਰ ਦੇਖਦੇ ਹੋ। ਪਹਿਲਾਂ ਤਾਂ ਇਹ ਕਿ ਨਾਂ ਕੀ ਰੱਖਦੇ ਆ ਗੁਰਦੁਆਰਾ ਸਾਹਿਬ ਦਾ? ਅੰਮ੍ਰਿਤ ਪ੍ਰਚਾਰ। ਅੱਜ ਮੈਂ ਗੱਲ ਕਰਦਿਆਂ ਗੁਰੂ ਨਾਨਕ ਤੋਂ ਲੱਗ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਤੱਕ, ਆਪਣਾ ਨਾਂ ਸਿੰਘ ਨਹੀਂ ਹੈਗਾ, ਨਾਂ ਅੰਮ੍ਰਿਤ ਛਕਿਆ, ਚਰਨ ਪੋ ਲਿਆ। 10ਵੇਂ ਪਾਤਸ਼ਾਹ ਬਾਜਾਂ ਵਾਲੇ ਨੇ ਅੰਮ੍ਰਿਤ ਛਕਾਇਆ ਆਪਣੇ 5 ਸਿੱਖਾਂ ਦੇ ਸਿਰ ਲੈ ਕੇ। ਜੇ ਪਾਤਸ਼ਾਹ ਨੇ ਸਾਨੂੰ ਉਦਣ ਸਿੰਘ 'ਤੇ ਕੋਰ ਦਿੱਤਾ, ਉਦਣ 5 ਸਿੰਘਾਂ ਦੇ ਸਿਰ ਲੈ ਕੇ ਸਾਨੂੰ ਸਿੰਘ 'ਤੇ ਕੋਰ ਦਿੱਤਾ। ਅੱਜ ਕਈ ਮੇਰੇ ਬੱਚੇ, ਕਈ ਮਾਂ ਪੇ, ਉਹਨਾਂ ਦਾ ਨਾਂ ਕੋਰ ਤਾਂ ਸਿੰਘ ਕੱਟ ਦਿੰਦੇ ਆ, ਪਹਿਲਾ ਨਾਂ ਲਾ ਕੇ ਤਾਂ ਦੂਜਾ ਉਹਨਾਂ ਦਾ ਸਰਨੇਮ ਲਾ ਦਿੰਦੇ ਆ। ਸਿੱਖੋ, ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤੁਹਾਡੇ ਉੱਤੋਂ, ਤੁਹਾਨੂੰ ਸਿੰਘ 'ਤੇ ਕੋਰ ਦੇਣ ਲਈ। ਅੱਜ ਉਹ ਮਹਾਂਪੁਰਖ ਜਿੱਥੇ ਗੁਰਦੁਆਰੇ ਦਾ ਨਾਂ ਵੀ ਅੰਮ੍ਰਿਤ ਪ੍ਰਚਾਰ ਰੱਖਦੇ ਨੇ ਅਤੇ ਅੰਮ੍ਰਿਤ ਛਕਾਉਂਦੇ ਆ,
ਅਤੇ ਸੈਕਟਰੀ ਸਾਹਿਬ ਨੇ ਕਿਹਾ ਕਿ ਕਿਰਪਾਨ ਬਾਹਰ ਦੀ ਆ ਕੇ ਪ੍ਰਚਾਰ ਕਰ ਸਕਦੇ ਹੋ, ਤੁਸੀਂ ਆਹ ਨਹੀਂ ਕਰ ਸਕਦੇ। ਇਹ ਤੁਹਾਡੀਆਂ ਜਿਹੜੀਆਂ ਗੁਰੂ ਕਲਗੀਧਰ ਪਾਤਸ਼ਾਹ ਦਿੱਤਾ ਉਹਦਾ ਹੋਕਾ ਦੇ ਰਿਹਾ ਮਹਾਂਪੁਰਖ, ਮੈਂ ਇੰਨੇ ਹੀ ਬਚਨ ਕਰ ਜਾਂਦਾ। ਜਿੱਦਣ ਤੁਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਛੱਡ ਦਿੱਤੀ ਉੱਦਣ ਤੁਸੀਂ ਖਤਮ ਹੋ ਜਾਣਾ। ਇਹ ਨੋਟ ਕਰ ਲਿਓ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡਾ ਖਾਲਸਾ ਜਿਹਨ ਦਿੱਤੀਆਂ ਸਾਰੀਆਂ ਜਾਤਾਂ ਨੂੰ ਮਹਾਰਾਜ ਨੂੰ ਇੱਕ ਕਰਕੇ ਅੰਮ੍ਰਿਤ ਛਕਾ ਕੇ ਇੱਕੋ ਵਾਟੇ ਵਿੱਚ ਛਕਾ ਕੇ ਤੁਹਾਨੂੰ ਸਰਦਾਰ ਬਣਾ ਦਿੱਤਾ, ਕੁਛ ਨਹੀਂ ਛੱਡਿਆ। ਉਹ ਅੱਜ ਮਹਾਂਪੁਰਖ ਤੁਹਾਡਾ ਪ੍ਰਚਾਰ ਕਰ ਰਹੇ ਆ, ਉਹ ਤੁਹਾਡੇ 'ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਦੱਸੇ ਮਾਰਗ 'ਤੇ ਉਹ ਚੱਲ ਰਹੇ ਅਤੇ ਤੁਹਾਨੂੰ ਚਲਾ ਰਹੇ ਆ। ਮੈਂ ਉਹਨਾਂ ਮਹਾਂਪੁਰਖਾਂ ਦਾ, ਮੇਰੇ ਕੋਈ ਇੱਦਾਂ ਦੀ ਜਵਾਨ ਨਹੀਂ ਜਿਹੜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂ। ਮੈਂ ਕੌਣ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਾ, ਜਿਹੜੇ ਐਡੇ ਮਹਾਂਪੁਰਖਾਂ ਨੇ ਐਡੀਆਂ ਕਮਾਈਆਂ ਕਰਕੇ ਦੁਨੀਆ ਨੂੰ ਤਾਰਿਆ। ਫਿਰ ਮੈਂ ਪ੍ਰਬੰਧ ਵੱਲੋਂ, ਸਿੰਘ ਸਭਾ ਦੇ ਪ੍ਰਬੰਧ ਵੱਲੋਂ, ਕਿਉਂਕਿ ਮੈਂ ਪ੍ਰਬੰਧ ਵੱਲੋਂ ਆਇਆ, ਉਹਨਾਂ ਦੇ ਪ੍ਰਬੰਧ ਵੱਲੋਂ ਹੀ ਸ਼ਰਧਾ ਦੇ ਫੁੱਲ ਭੇਟ ਕਰਦਾ। ਇਹਨਾਂ ਕਹਿੰਦਾ ਖਿਮਾ ਦਾ ਜਾਚਕਿਆਂ ਅਤੇ ਤੁਹਾਡਾ ਧੰਨਵਾਦੀ ਹਾਂ ਸੈਕਟਰੀ ਸਾਹਿਬ ਦਾ ਅਤੇ ਮਹਾਂਪੁਰਖਾਂ। ਕੋਈ ਮੇਰੇ ਕੋਈ ਕੋਈ ਜਵਾਨ ਨੇ, ਮੈਂ ਉਹਨਾਂ ਦੇ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰ ਸਕਾਂ। ਜਿੰਨੇ ਤੁਸੀਂ ਬੈਠੇ ਹੋ, ਰਾਣਾ ਜੀ ਆਏ ਆ, ਮੇਰੇ ਸੰਗਤ ਟੀਵੀ ਦੇ ਜਗਮੋਹਨ ਜੀ ਆਏ ਆ, ਬੜੇ ਇੱਕ ਸਾਡੇ ਟੌਨ ਤੋਂ ਆਏ ਆ, ਮੈਂ ਉਹਨਾਂ ਦਾ ਨਾਂ ਭੁੱਲ ਗਿਆ, ਸਾਡੇ ਭੈਣ ਜੀ ਅਤੇ ਭਰਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਦਾਸ ਨੂੰ ਮਿਲੇ। ਅਤੇ ਤੁਹਾਡੀ ਸੰਗਤ ਦਾ, ਜਿੰਨੇ ਤੁਸੀਂ ਆਏ ਹੋ ਉਹਨਾਂ ਦਾ ਰਿਣੀ ਹਾਂ, ਕਿਉਂਕਿ ਫਿਰ ਵੀ ਪ੍ਰਬੰਧ ਵੱਲੋਂ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ, ਹੁਣ ਆਪ ਜੀ ਨੂੰ ਇੱਕ ਸ਼ਬਦ ਸਰਮ ਕਰਾਉਣਗੇ ਭਾਈ ਅੰਮ੍ਰਿਤਪਾਲ ਸਿੰਘ ਜੀ। ਅੱਜ ਦਾ ਸਮਾਗਮ ਜਿਹਨਾਂ ਮਹਾਂਪੁਰਖਾਂ ਨੂੰ ਸਮਰਪਿਤ ਹੈ, ਸ਼੍ਰੀਮਾਨ ਇੱਕ ਸੌ ਅੱਠ ਸੰਤ ਬਾਬਾ ਬਸੰਤ ਸਿੰਘ ਜੀ, ਸ਼੍ਰੀਮਾਨ ਇੱਕ ਸੌ ਅੱਠ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ, ਅਤੇ ਇਸ ਗੁਰਦੁਆਰਾ ਸਾਹਿਬ ਦੀ 25 ਸਾਲਾ ਇਸਟੈਬਲਿਸ਼ਮੈਂਟ ਡੇ ਜਿਹੜਾ ਆਪਾਂ ਮਨਾ ਰਹੇ ਹਾਂ। ਆਪ ਜੀ ਨੇ ਸਰਪੰਚ ਸਾਹਿਬ ਤੋਂ ਮਹਾਂਪੁਰਖਾਂ ਦੀਆਂ ਜੋ ਉਹਨਾਂ ਨੇ ਪਰਉਪਕਾਰ ਕੀਤੇ ਉਹ ਆਪਾਂ ਸਰਵਣ ਕੀਤੇ ਹੈ। ਆਓ, ਇੱਕ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਦੇ ਚਰਨਾਂ ਦੀ ਨਿਮਰਤਾ ਸਹਿਤ। ਸਾਧ ਸੰਗਤ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦੇ ਚਰਨਾਂ ਦੀ ਨਿਮਰਤਾ ਸਹਿਤ ਬੇਨਤੀ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਜਿੱਥੇ ਉਹਨਾਂ ਨੂੰ ਸਥਾਨ ਮਿਲਦਾ ਉੱਥੇ ਬੈਠ ਕੇ ਸੱਜ ਜਾਣ। ਮਹਾਂਪੁਰਖਾਂ ਨੂੰ ਕਿਸੇ ਨੇ ਵੀ ਨਮਸਕਾਰ ਕਰਨ ਦੀ ਜਾਂ ਕੋਈ ਵਸਤੂ ਆਦਿਕ ਭੇਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਕਿਰਪਾ ਕਰਨੀ, ਜੋ ਬਚਨ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਉਹਨਾਂ 'ਤੇ ਜ਼ਰੂਰ ਪਹਿਰਾ ਦਿਓ। ਨਮਸਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੇ ਅਸਥਾਨ ਮਿਲਦਾ ਸੱਜ ਕੇ ਬੜੇ ਪਿਆਰ ਆਦਬ ਸਤਿਕਾਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕਰਨਾ। ਆਓ, ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਾਵੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਾਵੇ। ਤਿਸ ਜਨ ਕੈ ਹੋ ਮਨ ਮੰਗ ਤੋ ਵਾਪਾ, ਤਿਸ ਜਨ ਕੈ ਹੋ ਮਨ ਮੰਗ ਤੋ ਵਾਪਾ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਾਵੇ। ਕੋਈ ਆਵੇ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਾਵੇ। ਜਪ ਮਨ ਮਾਤੋ ਮਧਸੂਦ ਨੂੰ, ਜਪ ਮਨ ਮਾਤੋ ਮਧਸੂਦਨੋ, ਹਰ ਸ੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ ਪ੍ਰਭ ਅੰਤਰ ਜਾਣੇ, ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ
ਕਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਕਟ ਕਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਮਨ ਮਨ ਤੋਂ ਆਪਾ ਇਸ ਜਨ ਕੇ ਹੋ ਮਨ ਮਨ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਯਾਰ ਤੀਰ, ਸੈਫ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਰਖ ਜੋ ਇਸ ਰਹਿਤ ਕੋ, ਉਹ ਮੇਰਾ ਮੈਂ ਤਾਸ, ਵਡਭਾਗੀ ਉਹ ਜਾਣੀਐ, ਰਹਿ ਹਮਾਰੇ ਪਾਸ। ਪਤਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗੋ ਜੁਗ ਅਟਲ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਧੰਨ 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 ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ, ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਦੋਨੋਂ ਹੱਥ ਜੋੜੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋਈਏ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ। ਸਾਰੇ ਹੀ ਪਿਆਰ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸਾਧ ਸੰਗਤ, ਅਕਾਲ ਪੁਰਖ ਪ੍ਰਭੂ ਅੰਤਰਜਾਮੀ ਪਰਿਪੂਰਨ ਪਰਮਾਤਮਾ ਦੀ ਅਪਾਰ ਅਪਾਰ ਮਿਹਰ ਰਹਿਮਤ ਹੋ ਰਹੀ ਹੈ, ਜੋ ਸਾਨੂੰ ਸਾਰਿਆਂ ਨੂੰ ਵੱਡਿਆਂ ਭਾਗਾਂ ਕਰਕੇ ਚੰਗਿਆਂ ਕਰਮਾਂ ਨਾਲ, ਪਿਛਲੇ ਕੀਤੇ ਚੰਗੇ ਕਰਮਾਂ ਦਾ ਫਲ ਪ੍ਰਾਪਤ ਹੋ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸਰਨ ਵਿੱਚ ਬੈਠ ਕਰਕੇ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਵਿਖੇ ਸਤ ਸੰਗਤ ਕਰਨ ਦਾ ਇਹ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਵਡਭਾਗੀ ਸਾਧ ਸੰਗਤ, ਅੱਜ ਦਾ ਇਹ ਗੁਰਮਤਿ ਸਮਾਗਮ ਬਹੁਤੀਆਂ ਸੰਗਤਾਂ ਜਾਣਦੀਆਂ ਹੋਣਗੀਆਂ, ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਜਨ ਜਿਨ੍ਹਾਂ ਜਿਨ੍ਹਾਂ ਨੌਜਵਾਨਾਂ ਬੱਚਿਆਂ 'ਤੇ ਨਿਰੰਕਾਰ ਦੀ ਮਿਹਰ ਹੋਈ, ਜਿਨ੍ਹਾਂ ਨੂੰ ਪਿਆਰ ਸ਼ਰਧਾ ਉਤਸ਼ਾਹ ਪ੍ਰਾਪਤ ਹੋਇਆ, ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਦਾ 25ਵੇਂ ਸਾਲ ਬਰੇ ਗੰਢ, ਇਸ ਸਥਾਨ ਨੂੰ 25 ਸਾਲ ਪੂਰੇ ਹੋਣ ਜਾ ਰਹੇ ਆ। ਸੰਗਤਾਂ ਦੇ ਮਨ 'ਚ ਉਤਸ਼ਾਹ ਪਿਆਰ ਆਇਆ, ਨਿਰੰਕਾਰ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ, ਗੁਰਦੁਆਰਾ ਸਾਹਿਬ ਦਾ 25ਵਾਂ ਸਾਲਾ ਦਿਵਸ ਜਿਹੜਾ ਮਨਾਉਣਾ ਚਾਹੀਦਾ। ਪਿਆਰ ਦੇ ਨਾਲ ਇਹ ਸੰਗਤਾਂ ਦੇ ਇਹ ਸਾਰਾ ਪ੍ਰੋਗਰਾਮ ਬਣਾਇਆ, ਇੰਤਜ਼ਾਮ ਕੀਤਾ, ਨਾਲ ਨਾਲ ਸੰਤ ਮਹਾਂਪੁਰਸ਼ ਸੇਵਾ ਸਿਮਰਨ ਦੇ ਪੁੰਜ, ਨਾਮ ਬਾਣੀ ਦੇ ਰਸੀਏ, ਮਹਾਰਾਜ ਜੀ ਬਾਣੀ 'ਚ ਕਿਰਪਾ ਕਰਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸਿਸਈ ਨਾਨਕਾ ਪੂਰਨ ਸੋਈ ਸੰਤ। ਐਸੇ ਸੰਤਾਂ ਮਹਾਂਪੁਰਸ਼ਾਂ ਦੀ ਪਰਮ ਸਤਿਕਾਰਯੋਗ ਸੱਚਖੰਡ ਵਾਸੀ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਗਿਆਨ ਸਿੰਘ ਜੀ, ਉਹਨਾਂ ਦੇ ਪਰਮ ਪਿਆਰੇ ਸੇਵਕ ਸ੍ਰੀਮਾਨ 108 ਸੰਤ ਗਿਆਨ ਸਿੰਘ ਜੀ, ਨਿਰਮਲ ਕੁਟੀਆ ਜੋਹਲਾਂ ਦੇ
ਤਾਂ ਪੀਸ਼ਰ ਮਹਾਂਪੁਰਸ਼ ਬੰਦਗੀ ਵਾਲੇ ਭਗਤੀ ਵਾਲੇ ਸੇਵਾ ਸਿਮਰਨ ਵਾਲੇ ਉਹਨਾਂ ਦੀ ਸਾਲਾਨਾ ਬਰਸੀ ਵੀ ਸੰਗਤਾਂ ਨਾਲ ਬੜੇ ਪਿਆਰ ਸਾਧਾ ਨਾਲ ਉਤਸ਼ਾਹ ਨਾਲ ਮਨਾ ਰਹੀ ਹਾਂ। ਧੰਨ ਸੰਤ ਬਾਬਾ ਬਸੰਤ ਸਿੰਘ ਜੀ ਜਿਨ੍ਹਾਂ ਦਾ ਜਨਮ ਪਿੰਡ ਮਰੂਲੇ, ਪਿਤਾ ਬਾਬਾ ਫਤਿਹ ਸਿੰਘ ਜੀ, ਮਾਤਾ ਚੰਦ ਕੌਰ ਦੇ ਗ੍ਰਹਿ ਨੁਮਾਰੇ ਭਾਗ ਲਾਏ 10 ਨਵੰਬਰ 1885 ਈਸਵੀ ਨੂੰ। ਬਚਪਨ ਬੀਤਿਆ, ਜਵਾਨੀ ਆਈ, ਬ੍ਰਹਮ ਗਿਆਨੀ ਪਰਮ ਸਤਿਕਾਰ ਜੋ ਸ਼੍ਰੀ ਮਾਨਿਕ ਸਵਾਟ ਸੰਤ ਬਾਬਾ ਹਰਨਾਮ ਸਿੰਘ ਨਾਲ ਸੰਯੋਗ ਬਣਿਆ, ਦਰਸ਼ਨਾਂ ਸੁਭਾਗ ਪ੍ਰਾਪਤ ਹੋਇਆ। ਧੰਨ ਬਾਬਾ ਹਰਨਾਮ ਸਿੰਘ ਹੁਣਾਂ ਨੇ ਮਿਹਰਾਂ ਕੀਤੀਆਂ, ਕਿਰਪਾ ਕੀਤੀ, ਜਿਹਨਾਂ ਨੂੰ ਆਪਣੇ ਬਣਾਇਆ। ਧੰਨ ਬਾਬਾ ਬਸੰਤ ਸਿੰਘ ਜੀ ਹੁਣਾਂ ਨੂੰ ਜਿਹਨਾਂ ਨੂੰ ਨਾਮ ਜਪਣ ਦੀ ਬਾਂਦੀ ਕਰਨ ਦੀ ਸੇਵਾ ਕਰਨ ਦੀ ਗੁੜਤੀ ਸਾਰੀ ਦਿੱਤੀ, ਖੰਡੇ ਬਾਟੇ ਅੰਮ੍ਰਿਤ ਛਕਾ ਕੇ ਤਿਆਰ ਬਾਰ ਤਿਆਰ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਹਾਂਪੁਰਸ਼ਾਂ ਨੇ ਸੇਵਾ ਲਾਈ। ਅੱਜ ਉਹਨਾਂ ਦਾ ਆਪਾਂ 48ਵੀਂ ਬਰਸੀ ਮਨਾ ਰਹੇ ਹਾਂ। ਸਤਿਕਾਰਯੋਗ ਸੰਤ ਬਾਬਾ ਗਿਆਨ ਸਿੰਘ ਜੀ ਜਿਹਨਾਂ ਦਾ ਜਨਮ ਪਿੰਡ ਬਵੇਲੀ, ਦੋਨੋਂ ਪਿੰਡ ਲਾਗੇ ਲਾਗੇ 2 ਕਿਲੋਮੀਟਰ ਵਿੱਚ ਅੰਤਰ ਆਇਆ। ਪਿਤਾ ਸਰਦਾਰ ਹਰਨਾਮ ਸਿੰਘ, ਮਾਤਾ ਪ੍ਰੇਮ ਕੌਰ ਦੇ ਗ੍ਰਹਿ ਨੂੰ ਮਹਾਰਾਜ ਨੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ, ਜਨਮ ਲੈ ਕੇ ਭਾਗ ਲਾਏ। ਬਾਬਾ ਗਿਆਨ ਸਿੰਘ ਦੇ ਮਾਤਾ ਪਿਤਾ ਧੰਨ ਬਾਬਾ ਹਰਨਾਮ ਸਿੰਘ ਦੇ ਸੇਵਕ ਸੀ, ਜਿੱਥੋਂ ਸੰਗਤ ਕਰਨ ਦਾ, ਸੇਵਾ ਕਰਨ ਦਾ, ਬਾਣੀ ਪੜ੍ਹਨ ਦਾ ਪਿਆਰ ਉਤਸ਼ਾਹ ਪ੍ਰਾਪਤ ਹੋਇਆ। ਧੰਨ ਬਾਬਾ ਹਰਨਾਮ ਸਿੰਘ 1928 ਪੋਹ ਨੂੰ 20 ਦਸੰਬਰ ਨੂੰ ਸੱਚਖੰਡ ਜਾ ਪਰਾਜੇ, ਉਹਨਾਂ ਦੇ ਸਥਾਨ 'ਤੇ ਉਹਨਾਂ ਦੇ ਨਿਮਿੱਤ ਮਹੋਤਸ਼ਾਹ ਹੋਇਆ। ਅਸਥਾਨ ਵੱਲੋਂ ਧੰਨ ਬਾਬਾ ਬਸੰਤ ਸਿੰਘ ਇੱਕ ਮਠਿਆਈ ਦੀ ਪੰਡ ਦਿੱਤੀ ਗਈ, ਉਹ ਪੰਡ ਧੰਨ ਬਾਬਾ ਗਿਆਨ ਸਿੰਘ ਹੁਣਾਂ ਚੱਕਣਾ ਕੀਤੀ ਬਾਬਾ ਬਸੰਤ ਸਿੰਘ ਦੇ ਹੁਕਮ ਅਨੁਸਾਰ। ਉਦੋਂ ਤੋਂ ਲੈ ਕੇ ਧੰਨ ਬਾਬਾ ਗਿਆਨ ਸਿੰਘ ਦੀ ਉਮਰ ਤਕਰੀਬਨ 16 ਸਾਲ ਦੀ, ਉਸ ਸਮੇਂ ਤੋਂ ਲੈ ਕੇ ਸਾਰਾ ਸਮਾਂ, ਸਾਰੀ ਜ਼ਿੰਦਗੀ, ਸਾਰਾ ਟਾਈਮ ਨਿਰਮਲ ਕੁੱਟੀਆਂ ਚੌਲਾਂ ਦੀ ਸੇਵਾ ਕਰਦਿਆਂ ਨੇ, ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਨੇ, ਬੇਅੰਤ ਪ੍ਰਾਣੀਆਂ ਨੂੰ ਖੰਡੇ ਬਾਟੇ ਅੰਮ੍ਰਿਤ ਛਕਾ ਕੇ ਗੁਰੂ ਸ਼ਬਦ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ। ਉਸੇ ਲੜੀ ਦੇ ਤਹਿਤ ਬਾਬਾ ਗਿਆਨ ਸਿੰਘ ਜੀ ਹੁਣੀ 1980 ਦੇ ਵਿੱਚ ਇੰਗਲੈਂਡ ਆਉਣਾ ਕੀਤਾ, ਸੰਗਤਾਂ ਨੇ ਬੇਨਤੀਆਂ ਕੀਤੀਆਂ, ਜਿੱਥੇ ਆਣ ਕੇ ਮਹਾਂਪੁਰਸ਼ਾਂ ਨੇ 3 ਮਹੀਨਿਆਂ ਵਿੱਚ 1000 ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ। 13 ਸਾਲ ਬਾਬਾ ਗਿਆਨ ਸਿੰਘ ਜੀ ਇੰਗਲੈਂਡ ਆਉਂਦੇ ਰਹੇ, ਗੁਰਸਿੱਖੀ ਦਾ ਪ੍ਰਚਾਰ ਕਰਕੇ ਬੇਅੰਤ ਸੰਗਤਾਂ ਨੂੰ ਗੁਰੂ ਨਾਲ ਜੋੜਿਆ, ਨਾਲ ਨਾਲ ਸੰਗਤਾਂ ਨੂੰ ਗੁਰੂ ਸ਼ਬਦ ਦਾ ਆਨੰਦ ਲੈਣ ਦਾ ਸੇਵਾ ਦਾ ਸੁਭਾਗ, ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਨ ਦਾ ਸੁਭਾਗ, ਆਨੰਦ ਲੈਣ ਵਾਸਤੇ ਮਹਾਂਪੁਰਸ਼ਾਂ ਨੇ ਦਇਆ ਕੀਤੀ, ਜੋ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ 1982 ਵਿੱਚ ਬ੍ਰੈਡਫੋਰਡ ਸਜਾਉਣਾ ਕੀਤਾ। ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਓਲਡ ਵਰੀ ਬਰਮਿੰਘਮ 1987 ਵਿੱਚ ਸਜਾਇਆ। ਇਹ ਗੁਰਦੁਆਰਾ ਸਾਹਿਬ 1993 ਨੂੰ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਹਾਈ ਬੇਕਮ ਵਿਖੇ ਮਹਾਂਪੁਰਸ਼ਾਂ ਦੀ ਇਸ ਬਿਲਡਿੰਗ ਦੇ ਵਿੱਚ ਪਹਿਲਾਂ ਲੰਗਰ ਹਾਲ ਦੇ ਵਿੱਚ ਪਹਿਲਾ ਦੀਵਾਨ ਸਜਾਇਆ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾ ਕੇ, ਨਿਸ਼ਾਨ ਸਾਹਿਬ ਸਜਾ ਕੇ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਵੀ ਇੱਥੇ ਆਉਣ ਕਰਕੇ ਇਹ ਜੀਵਨ ਨੂੰ ਸਫਲ ਬਣਾਉਣ ਵਾਸਤੇ ਅੰਮ੍ਰਿਤਮਈ ਬਾਣੀ ਨਾਲ ਜੁੜੀਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਲਗੀ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਅੰਮ੍ਰਿਤ ਕਰਕੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਇਹ ਪਰਉਪਕਾਰ ਮਹਾਂਪੁਰਸ਼ਾਂ ਦੇ ਹਿੱਸੇ ਆਇਆ ਦੁਆਬੇ ਧਰਤੀ ਦੇ ਉੱਤੇ। ਧੰਨ ਬਾਬਾ ਗਿਆਨ ਬਸੰਤ ਸਿੰਘ ਜੀ ਲਾਹੌਰ ਤੋਂ ਅੱਗੇ ਕੈਮਲਪੁਰ ਸ਼ਹਿਰ 'ਚ ਗਏ ਹੋ ਆ, ਪਾਕਿਸਤਾਨ ਜਦੋਂ ਨਹੀਂ ਸੀ ਬਣਿਆ, 2 ਵੇਲੇ ਦੀਵਾਨ ਸੱਜਦਾ ਉੱਥੇ ਕੈਮਲਪੁਰ ਦੀ ਜੇਲ੍ਹ ਦੇ ਵਿੱਚ ਇੱਕ ਪੁਰਾਣੀ ਜਿਹਨੂੰ ਤਕਰੀਬਨ ਉਮਰ ਕੈਦ ਸੀਗੀ, ਉਹਨੂੰ ਪਤਾ ਲੱਗਾ ਮਹਾਂਪੁਰਸ਼ ਪੰਜਾਬ 'ਚੋਂ ਆਏ ਆ, ਮਨ 'ਚ ਪਿਆਰ ਆਇਆ, ਸ਼ਰਧਾ ਆਈ, ਆਪਣੇ ਜੇਲ੍ਹ ਤੋਂ 2 ਘੰਟੇ ਛੁੱਟੀ ਲੈ ਕਰਕੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਆਇਆ। ਮਹਾਂਪੁਰਸ਼ਾਂ ਦਰਸ਼ਨ ਕੀਤੇ, ਮਹਾਂਪੁਰਸ਼ਾਂ ਬਚਨ ਕੀਤਾ ਵੀ ਕਿੱਥੋਂ ਆਏ ਆ ਗੁਰਮੁਖ ਜਨ, ਉਹਨੇ ਦੱਸਿਆ ਜੀ ਮੈਂ ਜੇਲ੍ਹ 'ਚ ਕੈਦ ਆ। ਕਹਿੰਦੇ ਹੁਣ ਕਿੱਦਾਂ ਆਏ? ਕਹਿੰਦੇ ਛੁੱਟੀ ਲੈ ਕੇ ਆਏ ਜੇਲ੍ਹ ਤੋਂ।
ਕਿੰਨੀ 2 ਘੰਟੇ 2 ਘੰਟੇ ਸਮਾਂ ਤਕਰੀਬਨ ਹੋ ਗਿਆ। ਮਹਾਂਪੁਰਸ਼ ਨੇ ਕਿਰਪਾ ਕੀਤੀ, ਕਹਿੰਦੇ ਹੁਣ ਤੁਸੀਂ ਜਾਓ ਆਪਣੇ ਵਾਪਸ। ਜਿਹੜਾ ਬਚਨ ਕੀਤਾ ਗੁਰਸਿੱਖ ਬਚਨ ਕਰਕੇ ਬਚਨ ਤੋਂ ਹਾਰਦਾ ਨਹੀਂ, ਬਚਨ ਤੋਂ ਪਿੱਛੇ ਨਹੀਂ ਹਟਦਾ। ਇਸ ਕਰਕੇ ਕਹਿੰਦੇ ਉੱਥੇ ਜਾਣਾ ਕਰੋ। ਮਹਾਂਪੁਰਸ਼ਾਂ ਨੇ ਜਿੰਨਾ ਸਮਾਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਸੀ ਉਸ ਇਲਾਕੇ 'ਚ ਕੀਤਾ, ਵਾਪਸ ਪੰਜਾਬ ਨੂੰ ਆਉਣਾ ਕੀਤਾ। ਨਿਰੰਕਾਰ ਦੀ ਕੋ ਮਹਾਂਪੁਰਸ਼ਾਂ ਦੀ ਅਸੀਸ ਰਹਿਮਤ ਹੋਈ। ਉਹ ਜੇਲਰ ਦਾ ਖਾਤਾ ਖੋਲ੍ਹਿਆ, ਦੇਖਿਆ ਗਿਆ, ਇਹ ਕਹਿੰਦੇ ਵੀ ਇਹਨੂੰ ਸਮਾਂ ਜ਼ਿਆਦਾ ਹੋ ਗਿਆ। ਬਾਣੀ ਜੀ ਮਹਾਰਾਜ ਕਿਰਪਾ ਕਰਦੇ, ਟੂਟੇ ਬੰਧਨ ਜਾਸ ਕੇ ਹੋਇਆ ਸਾਧੂ ਸੰਗ। ਜਦੋਂ ਕਹਿੰਦੇ ਸਾਧੂਆਂ ਦਾ ਸੰਗ ਹੋ ਜਾਵੇ, ਕਹਿੰਦੇ ਇਸ ਲੋਕ ਦੇ ਬੰਧਨ ਵੀ ਟੁੱਟ ਜਾਂਦੇ ਆ ਅਤੇ ਧਰਮਰਾਜ ਦੀ ਕਚਹਿਰੀ ਦੇ ਬੰਧਨ ਵੀ ਟੁੱਟ ਜਾਂਦੇ, ਮੁੱਕ ਜਾਂਦੇ ਆ। ਮਹਾਂਪੁਰਸ਼ਾਂ ਦੀ ਮਿਹਰ ਹੋਈ, ਉਹ ਮਹਾਂਪੁਰਸ਼ਾਂ ਨਾਲ ਹੀ ਵਾਪਸ ਪੰਜਾਬ ਨੂੰ ਆਉਣਾ ਕੀਤਾ। ਮਹਾਂਪੁਰਸ਼ਾਂ ਬਚਨ ਕੀਤਾ, ਤੁਸੀਂ ਕਿੱਦਾਂ ਆਏ? ਕਹਿੰਦੇ ਜੀ ਆਪ ਜੀ ਦੀ ਕਿਰਪਾ ਹੋਈ, ਕਹਿੰਦੇ ਤੇਰਾ ਸਮਾਂ ਜ਼ਿਆਦਾ ਹੋ ਗਿਆ, ਉਮਰ ਕੈਦ ਕੱਟੀ ਗਈ ਆ, ਸੀਗਾ ਉਮਰ ਕੈਦ ਮਿੰਨਤਾਂ, ਆਪ ਨੇ ਕੀ ਕਿਰਪਾ ਕੀਤੀ ਆ, ਰਹਿਮ ਕੀਤਾ। ਧੰਨ ਮਹਾਂਪੁਰਸ਼ ਬਾਬਾ ਗਿਆਨ ਸਿੰਘ ਜੀ, ਜਿਹੜੇ ਇੰਗਲੈਂਡ ਵਿੱਚ ਆਏ, ਬੇਅੰਤ ਪ੍ਰਾਣੀ ਐਸੇ ਸੀ ਜਿਹੜੇ ਰੋਜ਼ ਸ਼ਰਾਬ ਪੀਣ ਵਾਲੇ ਸੀਗੇ, ਜਿਹਨਾਂ ਨੂੰ ਪ੍ਰੇਰਨਾ ਮਿਲੀ, ਪਿਆਰ ਉਤਸ਼ਾਹ ਮਿਲਿਆ ਮਹਾਂਪੁਰਸ਼ਾਂ ਵੱਲੋਂ। ਧੰਨ ਗੁਰੂ ਗੋਬਿੰਦ ਸਿੰਘ ਮਾਤਾ ਬਖਸ਼ਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ, ਜਿਹੜੇ ਬਚਨ ਕਰਿਆ ਕਰਦੇ ਸੀ ਸਾਧ ਸੰਗਤ ਸਾਡੇ ਇੰਗਲੈਂਡ ਦੇ ਵਿੱਚ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਧੰਨ ਬਾਬਾ ਗਿਆਨ ਸਿੰਘ ਉਹਨਾਂ ਨੂੰ ਰੱਬ ਰੂਪ ਸਾਧੂ ਭੇਜੇ ਆ। ਜੋ ਵੀ ਕਹਿੰਦੇ ਆਪਾਂ ਨੂੰ ਲੋੜ ਆ ਲੈ ਲਈਏ, ਮਹਾਂਪੁਰਸ਼ਾਂ ਦਾ ਬਚਨ ਮੰਨ ਲਈਏ, ਖੰਡੇ ਬਾਟੇ ਅੰਮ੍ਰਿਤ ਛਕੀਏ। ਇੱਕ ਪ੍ਰਾਣੀ ਕਹਿੰਦਾ ਜੀ ਸਾਨੂੰ ਤਾਂ ਇਹ ਪੈਨਸ਼ਨ ਲੱਗਦੀ ਆਮ ਬੰਦੇ 65 ਸਾਲ ਤੋਂ ਬਾਅਦ, ਸਾਨੂੰ ਤਾਂ ਹੁਣੇ ਪੈਨਸ਼ਨ ਲੱਗ ਗਈ। ਕਹਿੰਦੇ ਕਹਿਣਾ ਕਿਹਦਾ ਕਿੱਦਾਂ? ਕਹਿੰਦਾ ਰੋਜ਼ ਇੰਨਿਆਂ ਪਾਉਂਡਾਂ ਦੀ ਸ਼ਰਾਬ ਮੈਂ ਰੋਜ਼ ਪੀਂਦਾ ਸੀ। ਘਰ ਵਿੱਚ ਜਾਣਾ, ਕਹਿੰਦਾ ਘਰ ਵਾਲੇ ਨਾਲ ਬੱਚਿਆਂ ਦੀ ਮਾਂ ਨਾਲ ਲੜਾਈ, ਵੀ ਕਹਿਣਾ ਕਦੇ ਦਾਲ ਠੰਡੀ ਹੋ ਗਈ ਆ, ਪ੍ਰਸ਼ਾਦਾ ਤੱਤਾ ਨਹੀਂ ਕੀਤਾ, ਚਾਹ ਠੰਡੀ ਹੋ ਗਈ, ਉਹਨਾਂ ਰੋਜ਼ ਲੜਾਈ 2 ਘੰਟੇ ਲੜਾਈ ਕਰਦੇ। ਕਹਿੰਦੇ ਪਹਿਲਾਂ 12-1 ਵਜੇ ਘਰ ਪਹੁੰਚਣਾ, ਫਿਰ ਉਹਦੇ ਨਾਲ ਲੜੀ ਜਾਣਾ, ਤੜਕੇ ਉੱਠਣਾ, ਫਿਰ ਕਹਿੰਦਾ ਮੂੰਹ ਹੱਥ ਧੋਣਾ ਅਤੇ ਕੰਮ ਨੂੰ ਚਲੇ ਜਾਣਾ, ਸ਼ਾਮ ਨੂੰ ਆਉਣਾ ਫਿਰ ਸ਼ਰਾਬ ਪੀ ਲੈਣੀ। ਕਹਿੰਦੇ ਮਹਾਂਪੁਰਸ਼ਾਂ ਨੇ ਉਹ ਚਿੱਕੜ ਵਿੱਚੋਂ ਕੱਢ ਕੇ ਕਹਿੰਦੇ ਗੁਰਸਿੱਖੀ ਜੀਵਨ ਨਾਲ ਜੋੜਿਆ, ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਐਸੇ ਪਰਉਪਕਾਰੀ ਮਹਾਂਪੁਰਸ਼ਾਂ ਦੇ ਜੀਵਨ 'ਚ ਬੇਅੰਤ ਸਾਖੀਆਂ ਜਿਹੜੀਆਂ ਆਪਾਂ ਨੂੰ ਪੜ੍ਹਨ ਨੂੰ ਮਿਲਦੀਆਂ, ਸੁਣਨ ਨੂੰ ਗੁਰੂ ਕੀ ਸਾਧ ਸੰਗਤ ਬਚਨ ਆਉਂਦਾ ਅਤੇ ਨਿਰੰਕਾਰ ਨੇ ਸ੍ਰਿਸ਼ਟੀ ਬਣਾਈ। ਇਹ ਜੀਵਾਂ ਦਾ ਨੂੰ ਜਿਹੜੀ ਸਰੀਰ ਆ ਠੀਕ ਰੱਖਣ ਵਾਸਤੇ ਨਿਰੰਕਾਰ ਨੇ ਕਈ ਜੜੀਆਂ ਬੂਟੀਆਂ ਪੈਦਾ ਕੀਤੀਆਂ, ਫਿਰ ਉਹ ਜੜੀਆਂ ਬੂਟੀਆਂ ਨੂੰ ਪਹਿਚਾਨਣ ਵਾਸਤੇ ਵੈਦ ਬਣਾਏ, ਜਿਹੜੇ ਬੂਟੀਆਂ ਨੂੰ ਪਹਿਚਾਣ ਕੇ ਉਹਦੀ ਔਸ਼ਧੀ ਬਣਾ ਕੇ ਦਵਾਈ ਦਵਾਉਣਾ ਕੇ ਮਰੀਜ਼ ਨੂੰ ਦੇ ਕੇ ਉਹਦਾ ਸਰੀਰ ਨੂੰ ਤੰਦਰੁਸਤੀ ਕਰਨ ਵਾਸਤੇ ਵੈਦ ਵੀ ਬਣਾਏ। ਇਸੇ ਤਰ੍ਹਾਂ ਨਿਰੰਕਾਰ ਨੇ ਕਿਰਪਾ ਕੀਤੀ ਆਮ ਮਨੁੱਖਾਂ ਦੇ ਵਿੱਚੋਂ ਹਉਮੈ ਹੰਕਾਰ ਨੂੰ ਦੂਰ ਕਰਨ ਵਾਸਤੇ, ਪਰਮੇਸ਼ਰ ਨਾਲ ਜੋੜਨ ਵਾਸਤੇ ਮਹਾਂਪੁਰਸ਼ਾਂ ਸੰਸਾਰ ਉੱਤੇ ਭੇਜਣਾ ਕੀਤਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ, ਜਿਹੜੇ ਐਸੇ ਮਹਾਂਪੁਰਸ਼ ਕੇਵਲ ਬਾਣੀ ਨਾਲ ਹੀ ਜੋੜਦੇ ਆ, ਸੰਗਤਾਂ ਨੂੰ ਬਾਣੀ ਨਾਲ ਹੀ ਜੋੜਦੇ ਆ, ਗੁਰੂ ਨਾਲ ਜੋੜਦੇ ਆ। ਕਹਿੰਦੇ ਐਸੇ ਮਹਾਂਪੁਰਸ਼ ਵੱਡੇ ਭਾਗਾਂ ਵਾਲੇ ਜਿਹਨਾਂ ਕੋਲ ਪ੍ਰੇਮ ਨਾਮ ਦਾ ਖਜ਼ਾਨਾ, ਭਾਗ ਠੜੇ ਹਰ ਸੰਤ ਤੁਮਾਰੇ ਜਿੰਨ ਘਰ ਧੰਨ ਹਰ ਨਾਮਾ, ਪ੍ਰਵਾਨ ਗਣੀ ਸਹੀ ਹੈ ਸਫਲ ਇਤਨਾ ਕੇ ਕਾਮਾ, ਮੇਰੇ ਰਾਮ ਹਰਜਨ ਕੇ ਹਉਂ ਵੱਲ ਜਾਈ, ਕੇਸਾ ਕਾ ਕਰ ਚਵਰ ਢਲਾਵਾਂ, ਚਰਨ ਧੂੜ ਮੁਖ ਲਾਈ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਗੁਰੂ ਕੀ ਸਾਧ ਸੰਗ ਐਸੇ ਪਰਉਪਕਾਰੀ ਮਹਾਂਪੁਰਸ਼ ਜਿਨ੍ਹਾਂ ਨੇ ਸਾਰੀ ਉਮਰ, ਧੰਨ ਬਾਬਾ ਬਸੰਤ ਸਿੰਘ ਜੀ, ਧੰਨ ਬਾਬਾ ਗਿਆਨ ਸਿੰਘ ਜੀ, ਨਿਰੋਲ ਗੁਰਸਿੱਖੀ ਦਾ ਪ੍ਰਚਾਰ, ਨਿਸ਼ਕਾਮ ਗੁਰੂ ਪੰਥ ਦੀ ਸੇਵਾ ਕਰਦਿਆਂ ਨੇ ਬੇਅੰਤ ਪ੍ਰਾਣੀਆਂ ਨੂੰ ਲੱਖਾਂ ਦੀ ਤਾਦਾਦ ਵਿੱਚ ਖੰਡੇ ਬਾਟੇ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ, ਬੇਅੰਤ ਹੀ ਨਗਰਾਂ ਵਿੱਚ ਗੁਰੂ ਘਰਾਂ ਦੀਆਂ ਇਮਾਰਤਾਂ ਬਣਵਾਈਆਂ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੁਭਾਜਮਾਨ ਹੋ ਕੇ, ਪ੍ਰਕਾਸ਼ਮਾਨ ਹੋ ਕੇ, ਸੰਗਤਾਂ ਗੁਰੂ ਦੀ ਸ਼ਰਨ 'ਚ ਬੈਠ ਕੇ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰਦੀਆਂ। ਮਹਾਰਾਜ ਕਿਰਪਾ ਕਰਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਐਸੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਿਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਨੂੰ ਸੋਝੀ ਆਉਂਦੀ ਆ, ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਆ, ਆਪਾਂ ਵਿਸ਼ੇ ਵਿਕਾਰਾਂ ਨੂੰ ਛੁੱਟਣ ਦਾ ਸਾਨੂੰ ਰਸਤਾ ਪ੍ਰਾਪਤ ਹੁੰਦਾ ਆ। ਮਹਾਰਾਜ ਗਰੀਬ ਨਿਵਾਜ, ਧੰਨ ਗੁਰੂ ਸੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ,
निराकार आकार जोत जग मंडल करियो वाहिगुरु परमेश्वर की जोत धन गुरु नानदेव पातशाह ने संसार के उत्ते आना किया दस जामे धारण किए आ दसा जामे साढ़े बेअंत परपकार उन्होंने कृपा रहम सदका ही आप सत संगत प्राप्त हो रही है। धन गुरु ग्रंथ साहब महाराज चरणों में इंग्लैंड की धरती उत्ते गुरु की साध संगत गरीब नवाज दू धन गुरु गोबिंद सिंह पातशाह जिन्हों ने साढ़े से एडा वड्डा परपकार किया खालसा पंथ सजाया सानू बहुत अमोलक दात अमृत ही दी है बाणी बाणा बख्शिया जिसे आप सारे संसार नालों निवेकले बन सकते हैं सारे संसार ने सानू वक्री पहचान बख्श की आ कहदे नाल अमृत छका के रहता दे के रहता दूर रहने वास्ते बाणी नाल जोड़ के बाणी नाल जोड़न वास्ते महाराज ने साढ़े ते वड्डा बहुत परपकार किया गुरु पिता बेअंत कुरबानियां सारा परिवार भूआ दे पुत मामे दे पुत किन्नियां कुरबानियां होईयां धन गुरु गोबिंद सिंह पातशाह दे हाजरी विच गिणती नहीं ऐसा भी समा आया सिंघां दे उत्ते घोड़ियां दे काठियां जंगलां च रह के जिन्हां ने अपना समा बतीत किया जेले सिंघां दे सिरां दा मुल पैंदा सी गुरु की साध संगत धन ओ गुरसिख धन ओ साडे बजुर्ग जिन्हां दी बदौलत अज आपां संसार विच सिर उच्चा करके विच रहे हाँ आ गुरु साहब की कृपा आ धन गुरु गोबिंद सिंह पातशाह ने बचन किया सबों की तलवंडी माता साहबदेव कौर माता सुंदर कौर के नाल उन्हें बेनती की चारे साहब जाने के पंजा प्यारे तीन प्यारे भी दर्शन नहीं होंगे तो धन गुरु गोबिंद सिंह पातशाह ने संगतों वाल ही सारा बह करके बेनती की इन पुत्र के शीस पर वार दिए सुत चार चार मोए तो क्या होया जीवित कई हजार ऐसे धन गुरु गोबिंद सिंह पातशाह ने सानू अखीर गुरु ग्रंथ साहब से लड़ लाया आग्या पई है काल की तवे चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की दे गुरु की साध संगत आप जे प्यार ते साधा रखिए प्यार साधा ना गुरु ग्रंथ साहब नमस्कार करिए ते सारे पदार्थ मिलते हैं जो मांगे ठाकुर अपने ते सोई सोई देवे नानक दास मुख ते जो बोले इहां उहां सच होवे आपां इह मनुखा जीवन नूं सफल बनाउण वास्ते गुरु ग्रंथ साहिब पातशाह दे लड़ लगीए धन गुरु गोबिंद सिंह महाराज चलाई मर्यादा दे अनुसार खंडे बाटे अमृत छकीए अमृत छक के रहतां रखीए रहतां तों परहेज करिए अमृत वेले इशनान करके बाणी पढ़ीए सिमरन करिए नाम जपीए जो धन गुरु रामदास पातशाह कृपा करदे गुरसिख की परिभाषा समझाउंदे आ गुर सतगुरु का जो सिख खाए सो भलके उठा नाम त्यावै उदम करे भलके प्रभाती इशनान करे अमृत सर नहावै अपदेश गुरु हर हर जप जापै सब किलवे पाप दुख लह जावै फिर चढ़े दिवस गुरबाणी गावै बहिंदिया उठद्या हर नाम त्यावै जो सास ग्रास त्याए मेरा हर हर सो गुर सिख गुरु मन भावै जिसनो दयाल होवे मेरा स्वामी तिस गुर सिख गुरु उपदेश सुनावै जन नानक धूड़ मंगै तिस गुर सिख की जो आप जपै अवरह नाम जपावै धन गुरु ग्रंथ साहिब सच्चे पातशाह धन गुरु रामदास पातशाह दस जोतां साढ़े ते पातशाह जो परपकार कीते गुरु की साध संगत गुरु साहिब दे बचना नाल प्यार करिए गुरु साहिब दे बचना दे नाल सत्कार करिए जो पातशाह सानू बाणी बाणा बख्शिया बाणी अपने धारनी होइए बाणी का सत्कार करिए बाणा धारण करिए जे नाल गुरु गोबिंद सिंह पातशाह दियां गुरु ग्रंथ साहिब दियां खुशियां प्राप्त होणगियां महापुरशां दी वी आशीष प्राप्त होऊ जिन्हें सारा सारी उम्र गुरु पंथ की सेवा की निष्काम निरोल गुरु गुरबाणी गुरु इतिहास संगतां जोड़ना किया अज महाराज अपार कृपा की आ गुरद्वारा अमृत प्रचार धार्मिक दीवान हाई विकम विखे जो सालाना 25वें साल मनाउण वास्ते संगतां नूं प्यार सहदा उत्साह मिलिया बेअंत संगतां हाजरी भर के जीवन तों लाभ प्राप्त कर रही महाराज के गुण गाँवते हुए महाराज के बचनों नाल प्यार करते हुए गुरु की साध संगत गुरसिखी जीवन बतीत करिए गुरसिखी जीवन धारण करिए इन बेनती करते हैं साध संगतों खेमा जाचक कोई लफ्ज बद घट बोलिया हो गया वे तो गुरु की संगत भी बख्शेंद धन गुरु ग्रंथ साहिब सच्चे पातशाह अगे वे समत बख्शन प्यार बख्शन भुला चुकों की खेमा वाहिगुरु जी का खालसा वाहिगुरु जी की फतेह बोले सो निहाल वाहिगुरु जी का खालसा वाहिगुरु जी की फतेह। संत और पारस में बड़ो अंतरो जान संत और पारस में बड़ो अंतरो जान पारस
लोहे को कंचन करे संत करे आप समान। धन गुरु नानक देव पातशाह ने मेहर कीती, गुरु गोबिंद सिंह पातशाह जी ने निर्मल पंथ ते मोहर लाई, क्योंकि पंथ जिहड़ा सी गुरु नानक पातशाह दा मारिया सिक्का जगत विच नानक निर्मल पंथ चलाया। धर्म प्रचार निर्मले साधुओं के हिस्से आया। आपा बचन सरवण कर रहे सी महापुरखों तो श्री मानिक स्वाड़ संत बाबा बसंत सिंह जी को तो लैके हुण तक यह संपर्दा निर्मल कुटिया जौहला निष्काम सेवा कितों अग्राही नहीं करनी कितों चढ़ावा नहीं लैना। जिहड़े गुरुद्वारे भी स्थापित किए उत्थे पंजां सिंघां दीआं कमेटियां बना के उन्हां नूं सौंप दिता साध संगत की सेवा दे वास्ते। जो माया गुरु घर दे विच आउंदी आ साध संगत दी उहनूं अपने सुख लई नहीं वरतना। पहले संत बाबा बसंत सिंह जी तो लै के यही रीत आ रही है। जिहड़े वस्त्र आप जी दर्शन कर रहे हो महापुरखां दे सजाए हुए आ ये भी संगतां लै के आउंदियां साहब अपने सुख लई कोई पैसा उहदे विचों नहीं वरतदा। Thank you.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰਸਿੱਖ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਮਹਾਂਪੁਰਸ਼ਾਂ ਦੀ ਸੰਗਤ, ਸਮੂਹ ਸੰਗਤਾਂ ਦਾ ਇਕੱਠ, ਅਤੇ ਸੰਤ ਬਾਬਾ ਬਸੰਤ ਸਿੰਘ ਜੀ ਦੀ, ਸੰਤ ਬਾਬਾ ਗਿਆਨ ਸਿੰਘ ਜੀ ਦੀ ਬਰਸ਼ੀ, ਅਤੇ ਨਾਲ ਨਾਲ ਇਸ ਅਸਥਾਨ ਦਾ ਜਿਹੜਾ ਕਿ ਸੰਤ ਬਾਬਾ ਗਿਆਨ ਸਿੰਘ ਜੀ ਵੱਲੋਂ ਸਿਰਜਿਆ ਗਿਆ ਸੀ, ਸਤਿਗੁਰੂ ਦਾ ਓਟ ਆਸਰਾ ਲੈ ਕੇ ਸੰਗਤ ਦੇ ਭਲੇ ਦੇ ਲਈ, ਸਿੱਖਾਂ ਦੇ ਭਲੇ ਦੇ ਲਈ, ਪਰਉਪਕਾਰ ਦੇ ਲਈ ਉਸ ਦੀ ਵੀ 25ਵੀਂ ਇੱਕ ਤਰ੍ਹਾਂ ਦੀ ਸਾਲਗਿਰਾ ਮਨਾਈ ਜਾ ਰਹੀ ਆ। ਸਮਾਂ ਮੈਨੂੰ ਪਤਾ ਬੜਾ ਕਸਮਾ, ਮੈਂ ਸਮਾਂ ਜ਼ਿਆਦਾ ਲੈਣਾ ਨਹੀਂ, ਪਰ ਮਹਾਂਪੁਰਸ਼ ਪਰਉਪਕਾਰੀ ਹੁੰਦੇ ਆਪਾਂ ਗੱਲ ਸਾਰੇ ਜਾਣਦੇ ਹਾਂ। ਸੰਤ ਬਾਬਾ ਗਿਆਨ ਸਿੰਘ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਮੇਰਾ ਪਿੰਡ ਖਾਂਬਰਾ, ਔਰ ਖਾਂਬਰੇ ਪਿੰਡ 'ਚ ਜਿਹੜੇ ਮੈਂ ਮਾਸਟਰਾਂ ਤੋਂ ਪੜ੍ਹਿਆ, ਮਾਸਟਰ ਨਰਿੰਦਰ ਸਿੰਘ ਜੀ, ਬੀਬੀ ਆਗਿਆ ਕੌਰ ਜੀ, ਤੀਜੀ ਚੌਥੀ ਕਲਾਸ ਤੋਂ ਲੈ ਕੇ ਬੀਬੀ ਆਗਿਆ ਕੌਰ ਜੀ ਤੋਂ, ਫਿਰ ਮਾਸਟਰ ਨਰਿੰਦਰ ਸਿੰਘ ਤੋਂ, ਔਰ ਉਸ ਸੰਗਤ ਦੇ ਹਿਸਾਬ ਨਾਲ, ਉਹਨਾਂ ਦੀ ਸੰਗਤ ਦੇ ਨਾਲ ਦੇ ਹਿਸਾਬ ਦੇ ਨਾਲ ਫਿਰ ਸੰਗਤ ਮਹਾਂਪੁਰਸ਼ਾਂ ਨਾਲ ਜੁੜੀ, ਔਰ ਸਾਡੇ ਪਿੰਡ 'ਚ ਮੇਰੀ ਹੋਸ਼ 'ਚ ਜੇ ਸਭ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਹੋਇਆ ਤਾਂ ਸੰਤ ਬਾਬਾ ਗਿਆਨ ਸਿੰਘ ਨੇ ਕੀਤਾ। ਉਦੋਂ ਬਾਅਦ ਉਸ ਇਲਾਕੇ 'ਚ ਇੱਕ ਸਿੱਖੀ ਦੀ ਲਹਿਰ ਤੁਰੀ, ਔਰ ਮੈਂ ਜਿਹੜੀ ਗੱਲ ਕਰ ਰਿਹਾ ਤਕਰੀਬਨ 1973-74 ਦੇ ਨੇੜੇ ਤੇੜੇ ਦੀ ਕਰ ਰਿਹਾ, ਲਗਾਤਾਰ 3 ਸਾਲ ਲਗਾਤਾਰ ਅੰਮ੍ਰਿਤ ਸੰਚਾਰ ਹੁੰਦੇ ਰਹੇ, ਔਰ ਸੰਤ ਬਾਬਾ ਗਿਆਨ ਸਿੰਘ ਜੀ ਲਗਾਤਾਰ ਕਰਦੇ ਰਹੇ। ਪਹਿਲਾ ਅੰਮ੍ਰਿਤ ਸੰਚਾਰ ਉਹਨਾਂ ਨੇ ਕੀਤਾ ਮੇਰੀ ਹੋਸ਼ ਦੇ ਵਿੱਚ।
ਸੋ ਸਾਡੇ ਇਲਾਕੇ ਦੇ ਵਿੱਚ ਵੀ ਜਿਹੜੀ ਅੰਮ੍ਰਿਤ ਸੰਚਾਰ ਦੀ ਲਹਿਰ ਕਹਿ ਲਓ, ਅੰਮ੍ਰਿਤ ਪ੍ਰਚਾਰ ਦੀ ਲਹਿਰ ਕਹਿ ਲਓ, ਸਿੱਖੀ ਦੀ ਲਹਿਰ ਕਹਿ ਲਓ, ਮਹਾਂਪੁਰਸ਼ਾਂ ਦੀ ਦੇਣ ਹੈ। ਔਰ ਉਹਨਾਂ ਤੋਂ ਬਾਅਦ ਆਪਣੇ 'ਚ ਮਹਾਂਪੁਰਸ਼ ਬੈਠੇ ਨੇ, ਬੜਾ ਪਰਪਕਾਰ ਉਸੇ ਲੀਹ ਨੂੰ ਨਾਲ ਲੈ ਕੇ ਤੁਰ ਰਹੇ ਨੇ। ਜਿਹੜੀ ਲੀਹ ਲੈ ਕੇ ਤੁਰ ਰਿਹਾ, ਜਿਹੜੀ ਪਿਰ 'ਤੇ ਪਹਿਰਾ ਦੇ ਰਿਹਾ, ਜਿਹੜੀ ਮਰਿਆਦਾ 'ਤੇ ਪਹਿਰਾ ਦੇ ਰਿਹਾ, ਉਹਦੀ ਮੈਂ ਗੱਲ ਥੋੜ੍ਹੀ ਜਿਹੀ ਕਰਨੀ ਆ, ਬਸ ਰਹਾਓ ਦੇ ਵਿੱਚ ਆ ਕੇ, ਥੋੜ੍ਹੇ ਜਿਹੇ ਟਕਾਅ ਵਿੱਚ ਆ ਕੇ। ਸੰਤ ਬਾਬਾ ਬਸੰਤ ਸਿੰਘ ਜੀ ਉੱਠੇ ਜਾਣ ਵਾਲੀ ਧਰਤੀ ਤੋਂ, ਸੰਤ ਬਾਬਾ ਹਰਨਾਮ ਸਿੰਘ ਜੀ ਜਾਣ ਤੋਂ। ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਜਾਣ, ਉਹਨਾਂ ਦਾ ਸੰਬੰਧ ਜੇ ਗਾਂਹ ਜੋੜਨਾ ਸ਼ੁਰੂ ਕਰੀਏ, ਨਾਲ ਜੋੜ ਕੇ ਲੰਬੀ ਪਿਰਤ ਬਣਦੀ ਆ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੇ ਰਾਹੀਂ। ਇਹ ਸਾਰਾ ਤੁਰਦਾ ਹੋਤੀ ਮਰਦਾਨ ਵਾਲੇ ਸੰਪਰਦਾ, ਜਿਹੜੇ ਪੰਜਾਂ ਪਿਆਰਿਆਂ 'ਚੋਂ ਇੱਕ ਪਿਆਰੇ ਸਨ, ਪਹਿਲੇ ਪਿਆਰੇ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਪੰਜਾਂ ਪਿਆਰਿਆਂ 'ਚੋਂ ਉਹਨਾਂ ਨਾਲ ਜਾ ਕੇ ਜੁੜ ਜਾਂਦਾ, ਪੰਜਾਂ ਪਿਆਰਿਆਂ 'ਚੋਂ ਪਹਿਲੇ ਪਿਆਰੇ ਜਿਹੜੇ ਭਾਈ ਦਇਆ ਸਿੰਘ ਜੀ। ਔਰ ਭਾਈ ਦਇਆ ਸਿੰਘ ਜੀ ਜਿੱਥੇ ਬਹੁਤ ਜਾਣੀ ਕੁਰਬਾਨੀ 'ਤੇ ਪਹੁੰਚੇ, ਸਤਿਗੁਰੂ ਨੇ ਜਦੋਂ ਆਵਾਜ਼ ਮਾਰੀ ਕੌਣ ਸੀਸ ਦੇ ਸਕਦਾ, ਗੁਰੂ ਦਾ ਪਿਆਰਾ ਬਣਨਾ ਚਾਹੁੰਦਾ ਜਿਹੜਾ, ਔਰ ਸਤਿਗੁਰ ਨੇ ਉਦੋਂ ਹੀ ਕੋਈ ਸ਼ਰਤ ਰੱਖੀ ਸੀ, ਗੁਰੂ ਤੋਂ ਨਿਸ਼ਾਵਰ ਕੌਣ ਹੋ ਸਕਦਾ, ਕੌਣ ਸੀਸ ਦੇਣ ਲਈ ਤਿਆਰ, ਅਤੇ ਜਿਹੜਾ ਸੀਸ ਦੇਣ ਲਈ ਤਿਆਰ ਹੋਇਆ ਗੁਰੂ ਦਾ ਪਿਆਰਾ ਬਣ ਗਿਆ। ਭਾਈ ਦਇਆ ਸਿੰਘ ਜੀ, ਉਹਨਾਂ ਦੀ ਕੁਰਬਾਨੀ ਵੀ ਵੱਡੀ, ਉਹਨਾਂ ਦੀ ਸੇਵਾ ਵੀ ਵੱਡੀ, ਅਤੇ ਪਾਰ ਨਾਲ ਉਹਨਾਂ ਦਾ ਪ੍ਰਚਾਰ ਵੀ ਵੱਡਾ, ਉਹਨਾਂ ਦੀ ਰਹਿਤ ਵੀ ਵੱਡੀ, ਅਤੇ ਉਹ ਰਹਿਤ ਜਿਹੜੀ ਉਹਨਾਂ ਨੇ ਆਪ ਹੰਡਾਈ, ਉਹ ਗਾਂਹ ਦੀ ਗਾਂਹ ਦੱਸੀ, ਉਹ ਚਲਦੀ ਚਲਦੀ ਹੋਤੀ ਮਰਦਾਨ ਵਾਲੀ ਸੰਪਰਦਾ ਦੇ ਰਾਹੀਂ, ਬਾਬਾ ਜਾਣ ਵਾਲੇ ਮਹਾਂਪੁਰਸ਼ਾਂ ਦੇ ਰਾਹੀਂ, ਬਾਬਾ ਬਸੰਤ ਸਿੰਘ ਦੇ ਰਾਹੀਂ ਅੱਜ ਚੱਲ ਰਹੀ ਆ। ਔਰ ਇਹੀ ਰਹਿਤ ਜਿਹੜੀ ਆ, ਜਿਹੜੀ ਬਾਬਾ ਦਇਆ ਸਿੰਘ, ਭਾਈ ਦਇਆ ਸਿੰਘ ਜੀ ਇੱਦਾਂ ਕਹਿ ਲਈਏ, ਪੰਜਾਂ ਪੈਰਾਂ ਜਿਹੜੇ ਇੱਕ ਸਨ, ਪੰਜਾਂ ਪੈਰਾਂ 'ਚ ਪਹਿਲੇ ਪੈਰੇ ਸਨ ਜਿਹੜੇ, ਰਹਿਤ ਉਹੀ ਉਹ ਹੰਡਾਈ ਹੋਏਗੀ ਉਹਨਾਂ ਜਿਹੜੀ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਦੱਸੀ ਹੋਏਗੀ। ਸੋ ਜਿਹੜੀ ਸਤਿਗੁਰ ਨੇ ਰਾਹਤ ਦੱਸੀ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਹਤ ਦੱਸੀ, ਜਿਹੜੀ ਗੁਰੂ ਗੋਬਿੰਦ ਸਿੰਘ ਨੇ ਉਹੀ ਰਾਹਤ ਦੱਸਣੀ ਜਿਹੜੀ ਗੁਰੂ ਨਾਨਕ ਤੋਂ ਲੈ ਕੇ ਤੁਰੀ ਆਉਂਦੀ ਸੀ। ਸੋ ਜਿਹੜੀ ਰਹਿਤ ਦਸਾਂ ਗੁਰੂਆਂ ਕੋਲੋਂ ਤੁਰੀ ਆਈ, ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਦੇਸ਼ ਵਿੱਚ ਕਲਗੀਧਰ ਪਾਤਸ਼ਾਹ ਤੋਂ ਤੁਰੀ ਆਈ, ਉਹ ਪੰਜਾਂ ਪੈਰਾਂ 'ਚ ਭਾਈ ਦਇਆ ਸਿੰਘ ਦੇ ਰਾਹੀਂ ਲਗਾਤਾਰ ਸੀਨਾ ਬਸੀਨਾ ਉਹਦੇ ਉੱਤੇ ਜਿਹੜੇ ਮਹਾਂਪੁਰਸ਼ਾਂ ਨੇ ਪਹਿਰਾ ਦੇ ਰਿਹਾ, ਸੰਪਰਦਾਵਾਂ ਪਹਿਰਾ ਦੇ ਦੀਆਂ। ਔਰ ਇੱਕ ਇਹਨਾਂ ਸੰਪਰਦਾਵਾਂ ਦਾ ਫਾਇਦਾ ਕੀ ਹੋਇਆ, ਬੇਸ਼ੱਕ ਉਹ ਦਮਦਮੀ ਟਕਸਾਲ ਵਾਲੀ ਸੰਪਰਦਾ ਹੋਵੇ, ਬੇਸ਼ੱਕ ਉਹ ਬਾਬਾ ਬੁੱਢਾ ਜੀ ਤੋਂ ਚੱਲੀ ਹੋਈ ਸੰਪਰਦਾ ਹੋਵੇ, ਬੇਸ਼ੱਕ ਬਾਬਾ ਬਿਧੀ ਚੰਦ ਤੋਂ ਚੱਲੀ ਹੋਈ ਸੰਪਰਦਾ ਹੋਵੇ, ਜਿਹੜੀਆਂ ਸੰਪਰਦਾਵਾਂ ਗੁਰੂ ਸਾਹਿਬ ਦੇ ਨੇੜੇ ਨੇੜੇ ਜਿਹੜੇ ਗੁਰਸਿੱਖ ਰਹਿੰਦੇ ਸਨ, ਬੇਸ਼ੱਕ ਭਾਈ ਦਇਆ ਸਿੰਘ ਤੋਂ ਚੱਲੀ ਜਿਹੜੀ ਸੰਪਰਦਾ, ਇਹਨਾਂ ਦਾ ਫਾਇਦਾ ਕੀ ਹੋਇਆ, ਫਾਇਦਾ ਹੋਇਆ ਕਿ ਵੱਡੀਆਂ ਵੱਡੀਆਂ ਹਕੂਮਤਾਂ ਜਦੋਂ ਪੂਰੇ ਦੇਸ਼ ਦੇ ਉੱਤੇ ਕਾਬਜ਼ ਹੋ ਜਾਂਦੀਆਂ ਰਹੀਆਂ, ਉਹਨਾਂ ਦੇ ਬਣਾਏ ਹੋਏ ਨੁਮਾਇੰਦੇ ਕਦੀ ਅਕਾਲ ਤਖ਼ਤ 'ਤੇ ਵੀ ਬੈਠ ਜਾਂਦੇ ਰਹੇ, ਜਦੋਂ ਕਿਤੇ ਸਾਡੀਆਂ ਸੰਸਥਾਵਾਂ 'ਤੇ ਵੀ ਕਾਬਜ਼ ਹੋ ਜਾਂਦੇ ਰਹੇ, ਬੇਸ਼ੱਕ ਉਹ ਕੋਈ ਵੀ ਹਕੂਮਤ ਸੀ, ਬੇਸ਼ੱਕ ਉਹ ਪਠਾਨ ਹਕੂਮਤ ਸੀ, ਬੇਸ਼ੱਕ ਮੁਗਲ ਹਕੂਮਤ ਸੀ, ਬੇਸ਼ੱਕ ਅੰਗਰੇਜ਼ ਹਕੂਮਤ ਸੀ, ਅਤੇ ਬੇਸ਼ੱਕ ਅੱਜ ਦੀਆਂ ਕੋਈ ਹਕੂਮਤਾਂ, ਜਿਹੜੀ ਵੀ ਹਕੂਮਤ ਇੱਦਾਂ ਆਪਣੇ ਉਹਨਾਂ ਨੇ, ਕਿਉਂਕਿ ਆਪਣੇ ਬੰਦੇ ਛੱਡਣੇ ਹੁੰਦੇ ਜਦੋਂ ਛੱਡ ਦਿੱਤੇ ਗਏ, ਮੇਨ ਸੰਪਰਦਾਵਾਂ ਦੇ ਜਿਹੜੇ ਮੇਨ ਜਿਹਨਾਂ ਨੂੰ ਮੁੱਖ ਸੰਪਰਦਾ ਜਿਹੜੀਆਂ ਮੁੱਖ ਸੰਸਥਾਵਾਂ ਕਹਿੰਦੇ, ਉਹਨਾਂ ਜਿਹੜੇ ਬੈਠ ਗਏ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਿੱਖ ਰਹਿਤ ਮੈਦਾਨ 'ਚ ਦਖਲ ਦੇਣੇ ਸ਼ੁਰੂ ਕੀਤੇ, ਕਿ ਵਿਗਾੜ ਪਵੇ ਕਿਸ ਤਰ੍ਹਾਂ, ਸਿੱਖ ਗੁਰੂ ਨਾਲੋਂ ਟੁੱਟਣ ਅਤੇ ਹਕੂਮਤਾਂ ਦੇ ਦੁਬੇਲ ਬਣ ਜਾਣ, ਅਤੇ ਸੰਪਰਦਾਵਾਂ ਦਾ ਕੀ ਫਾਇਦਾ ਹੋਇਆ, ਕਿਉਂਕਿ ਉਹ ਸੀਨਾ ਬਸੀਨਾ ਚੱਲਦੀਆਂ ਆਉਂਦੀਆਂ, ਜੋ ਮਹਾਂਪੁਰਸ਼ ਪਹਿਲਾਂ ਕਹਿੰਦੇ ਉਹ ਉਹਨਾਂ ਨੇ ਕਰਨਾ ਹੈ, ਜੋ ਸੀਨਾ ਬਸੀਨਾ ਮਹਾਂਪੁਰਸ਼ਾਂ ਨੇ, ਬਾਬਾ ਜੀ ਨੇ ਸਾਡੇ 'ਚ ਬੈਠੇ ਨੇ, ਇਹਨਾਂ ਨੇ ਉਹੀ ਕੁਛ ਕਰਨਾ ਜੋ ਇਹਨਾਂ ਨੂੰ ਬਾਬਾ ਗਿਆਨ ਸਿੰਘ ਜੀ ਕਹਿ ਕੇ ਗਿਆ, ਜੋ ਬਾਬਾ ਗਿਆਨ ਸਿੰਘ ਨੂੰ ਬਾਬਾ ਬਸੰਤ ਸਿੰਘ ਕਹਿ ਕੇ, ਉਹਨਾਂ ਨੇ ਉਹ ਕੁਛ ਕਰਨਾ, ਜੋ ਬਾਬਾ ਬਸੰਤ ਸਿੰਘ ਨੂੰ ਬਾਬਾ ਹਰਨਾਮ ਸਿੰਘ ਜੀ ਜਾਣ ਵਾਲਿਆਂ ਕਹਿ ਉਹ ਕੁਛ ਕਰਨਾ, ਤਾਂ ਚਲਦੀ ਚਲਦੀ ਗੱਲ ਬਾਬਾ ਭਾਈ ਦਇਆ ਸਿੰਘ ਤੱਕ ਜਾ ਕੇ ਪਹੁੰਚਦੀ, ਅਤੇ ਭਾਈ ਦਇਆ ਸਿੰਘ ਨੇ ਉਹ ਕੁਛ ਕਰਨਾ ਜੋ ਉਹਨਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ। ਸੋ ਸੀਨਾ ਪਸੀਨਾ ਸਾਡੀ ਰਹਿਤ ਜਿਹੜੀ ਸੀ, ਜਿਹੜੀ ਸਾਡੀ ਰਹਿਤ 'ਚ ਕੋਈ ਉਹ ਚੱਲਦੀ ਰਹੀ, ਜੇ ਉਹਦੇ 'ਚ ਕੋਈ ਦਖਲ ਨਹੀਂ ਹੋ ਸਕਿਆ, ਜੇ ਉਹਦੇ ਵਿੱਚ ਕੋਈ ਖਲਾਅ ਨਹੀਂ ਪੈ ਸਕਿਆ, ਜੇ ਉਹਦੇ 'ਚ ਕੋਈ ਰਲਾ ਨਹੀਂ ਪੈ ਸਕਿਆ, ਜੇ ਉਹਦੇ 'ਚ ਕੋਈ ਵਿਗਾੜ ਨਹੀਂ ਪੈ ਸਕਿਆ, ਤਾਂ ਇਹਨਾਂ ਸੰਪਰਦਾਵਾਂ ਦੇ ਕਰਕੇ ਨਹੀਂ ਪੈ ਸਕਿਆ। ਨਹੀਂ ਤਾਂ ਤੁਸੀਂ ਦੇਖੋਗੇ ਕਿ ਕਿੱਦਾਂ ਕਦੀ ਮੂਲ ਮੰਤਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਦੀ ਜਿਹੜੇ ਮੰਗਲਾਚਰਨ ਸੀ ਉਹਨਾਂ ਨੂੰ ਉੱਤੇ ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਦੀ ਰਹਿਤ ਮਰਿਆਦਾ ਦੇ ਵਿੱਚ ਨਿਤਨਿਮ ਦੀਆਂ ਬਾਣੀਆਂ ਉੱਤੇ ਕਿੰਤੂ ਕੀਤੇ ਗਏ, ਅਤੇ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਸਰਪੰਚ ਜੀ ਇਸ਼ਾਰਾ ਕਰਕੇ ਗਏ ਸੀਗੇ ਕਿ ਜਿੰਨਾ ਸਾਡੇ ਪ੍ਰਚਾਰਕਾਂ ਨੇ ਅੱਜ ਦੇ ਸਮੇਂ 'ਚ ਨੁਕਸਾਨ ਕਰਤਾ, ਉਨਾ ਸ਼ਾਇਦ ਵੱਡੀ ਤੋਂ ਵੱਡੀ ਹਕੂਮਤ ਨੇ ਨੁਕਸਾਨ ਨਹੀਂ ਕੀਤਾ ਹੋਊਗਾ। ਕੌਮ ਦੇ ਵਿੱਚ ਵੰਡੀਆਂ ਇੱਦਾਂ ਪਾ ਦਿੱਤੀਆਂ ਗਈਆਂ ਕਿ ਚਾਰ ਜਾਂ ਪੰਜ ਸਿੱਖ ਇਕੱਠੇ ਹੋ ਕੇ ਬੈਠਣਾ ਮੁਸ਼ਕਿਲ ਹੋ ਗਿਆ, ਔਰ ਇਹ ਸਾਰਾ ਕੁਛ ਹੋਇਆ ਕਿਹਦੇ ਥਰੂ ਆ, ਸਾਡੇ ਬੁੱਧੀਜੀਵੀਆਂ ਦੇ ਥਰੂ, ਸਾਡੇ ਪ੍ਰਚਾਰਕਾਂ ਦੇ ਥਰੂ, ਸਾਡੇ ਲੇਖਕਾਂ ਦੇ ਥਰੂ, ਅਤੇ ਜੇ ਉਹਨੂੰ ਕਿਤੇ ਠੱਲ ਪਈ ਹੋਏ ਸਿੱਖੀ ਨਾਲ, ਲੋਕ ਜੁੜੇ ਹੋਏ, ਜੇ ਸ਼ਰਧਾ ਜੁੜੀ ਹੋਈ ਆ, ਤਾਂ ਇਸ ਕਰਕੇ ਜੁੜੀ ਹੋਈ ਕਿ ਜੇ ਸੰਪਰਦਾਵਾਂ ਬੈਠੀਆਂ, ਉਹ ਸੰਪਰਦਾਵਾਂ ਦੇ ਨੁਮਾਇੰਦੇ ਬੈਠੇ ਆ ਜਿਨ੍ਹਾਂ ਨੇ ਰਹਿਤ ਨੂੰ ਆਪਣੇ ਜੀਵਨ ਦੇ ਵਿੱਚ ਹੰਡਾਇਆ। ਅਤੇ ਮੈਂ ਸੰਪਰਦਾਵਾਂ ਨਾਲ ਜੁੜਨ ਦੀ ਗੱਲ ਜਿਹੜੀ ਹੈ, ਲਗਾਤਾਰ ਸੀਨਾ ਪਸੀਨਾ ਜਿਹੜੀ ਹੁੰਦੀ, ਮਹਾਂਪੁਰਸ਼ਾਂ ਦੇ ਕੋਲ ਬੈਠਣ ਦੀ ਗੱਲ ਜਿਹੜੀ ਹੁੰਦੀ ਆ, ਸਭ ਤੋਂ ਵੱਡਾ ਫਾਇਦਾ ਇਹ ਕਿ ਮਹਾਂਪੁਰਸ਼ਾਂ ਦੇ ਰਾਹੀਂ ਤੁਸੀਂ ਗੁਰੂ ਨਾਲ ਜੁੜੇ ਰਹਿੰਦੇ ਆ। ਔਰ ਜਿਹੜੇ ਮਹਾਂਪੁਰਸ਼ ਗੁਰੂ ਨਾਲ ਜੋੜਦੇ ਹੁਣ, ਅੰਮ੍ਰਿਤ ਨਾਲ ਜੋੜਦੇ ਹੁਣ, ਅੰਮ੍ਰਿਤ ਸੰਚਾਰ ਨਾਲ ਜੋੜਦੇ ਹੁਣ, ਰਹਿਤ ਨਾਲ ਜੋੜਦੇ ਹੁਣ, ਉਹਨਾਂ ਬਾਰੇ ਸ਼ਾਇਦ ਸਤਿਗੁਰ
ਉਦੋਂ ਤੱਕ ਆਪਾਂ ਬੇਫਿਕਰ ਰਹੀਏ ਕਿ ਸਿੱਖੀ ਦੇ ਵਿੱਚ ਸਿੱਖੀ ਦਾ ਕੋਈ ਨੁਕਸਾਨ ਕਰ ਸਕੂਗਾ। ਆਉਣਗੇ ਅੱਗੇ ਵੀ ਬੜੇ ਆਏ, ਹਰਿਮੰਦਰ ਸਾਹਿਬ ਨੂੰ ਢਾਉਣ ਵਾਲੇ ਵੀ ਆਏ, ਅਬਦਾਲੀ ਵਰਗੇ ਵੀ ਚੜ੍ਹ ਕੇ ਆਏ, ਉਹਨਾਂ ਦੇ ਪ੍ਰਚਾਰਕ ਵੀ ਆਏ, ਉਹਨਾਂ ਦੀਆਂ ਸੈਨਾਵਾਂ ਵੀ ਆਈਆਂ, ਉਹਨਾਂ ਦੀਆਂ ਸ਼ਕਤੀਆਂ ਵੀ ਆਈਆਂ, ਪਰ ਨੁਕਸਾਨ ਜੇ ਨਹੀਂ ਕਰ ਸਕੀਆਂ ਤਾਂ ਇਸੇ ਕਰਕੇ ਨਹੀਂ ਕਰ ਸਕੀਆਂ ਕਿ ਸਾਡੀ ਸ਼ਰਧਾ ਸਤਿਗੁਰੂ ਦੇ ਨਾਲ ਉਸ ਤਰੀਕੇ ਨਾਲ ਜੁੜੀ ਰਹੀ। ਸੋ ਆਪਾਂ ਜੁੜੇ ਹੋਏ ਅੱਜ ਵਡਭਾਗੇ ਹੋ ਤੁਸੀਂ। ਸੰਤ ਬਾਬਾ ਬਸੰਤ ਸਿੰਘ ਜੀ ਦਾ ਇਲਾਕੇ ਵਿੱਚ ਦੁਆਬੇ ਦੀ ਧਰਤੀ 'ਤੇ ਬੜਾ ਪ੍ਰਚਾਰ, ਸੰਤ ਬਾਬਾ ਗਿਆਨ ਸਿੰਘ ਦਾ ਉੱਥੇ। ਇੱਥੇ ਇੱਕ ਗੱਲ ਮੈਂ ਕਹਿ ਦਿਆਂ ਕਿ ਜਿਹੜਾ ਸੰਤ ਹੁੰਦਾ ਨਾ ਉਹ ਪ੍ਰਚਾਰ ਨਹੀਂ ਕਰਦਾ। ਤੁਸੀਂ ਦੇਖੋ ਕਿ ਜਿੰਨੇ ਵੱਡੇ ਸੰਤ, ਜਿਨ੍ਹਾਂ ਦੀ ਜਿੰਨੇ ਮਹਾਂਪੁਰਸ਼ ਆਪਣੇ ਤੌਰ 'ਤੇ ਬ੍ਰਹਮਗਿਆਨੀ ਤੌਰ 'ਤੇ ਜੁੜੇ ਹੋਏ, ਬਾਦਸ਼ਾਹ ਮੈਂ ਜਿਨ੍ਹਾਂ ਦੀ ਗੱਲ ਕੀਤੀ, ਭਾਵੇਂ ਕਰਮ ਸਿੰਘ, ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਗੱਲ ਕਰੀਏ, ਬਾਬਾ ਆਇਆ ਸਿੰਘ ਦੀ ਗੱਲ ਕਰੀਏ, ਸੰਤ ਬਾਬਾ ਨੰਦ ਸਿੰਘ ਦੀ ਗੱਲ ਕਰੀਏ, ਸੰਤ ਬਾਬਾ ਅਤਰ ਸਿੰਘ ਦੀ ਗੱਲ ਕਰੀਏ, ਹਰਨਾਮ ਸਿੰਘ ਜਾਣ ਵਾਲਿਆਂ ਦੀ ਗੱਲ ਕਰੀਏ, ਬਾਬਾ ਬਸੰਤ ਸਿੰਘ ਦੀ ਕਰੀਏ, ਬਾਬਾ ਗਿਆਨ ਸਿੰਘ ਦੀ ਕਰੀਏ, ਜਾਂ ਬਾਬੇ ਮਹਾਂਪੁਰਸ਼ ਸਾਡੇ ਵਿੱਚ ਬੈਠੇ ਨੇ, ਇਹਨਾਂ ਦੀ ਕਰ ਲਈਏ। ਮਹਾਂਪੁਰਸ਼ ਪ੍ਰਚਾਰ ਨਹੀਂ ਕਰਦੇ ਹੁੰਦੇ, ਮਹਾਂਪੁਰਸ਼ ਬਚਨ ਜ਼ਰੂਰ ਕਰਦੇ ਨੇ ਕਿ ਆਹ ਜੀਵਨ ਜੀਦਾ ਵੱਡਿਆਂ ਤੋਂ ਲੈ ਕੇ ਆਹ ਜੀਵਨ ਦੇ ਵਿੱਚ ਆਪਾਂ ਜੀਣਾ ਆ, ਪਰ ਮਹਾਂਪੁਰਸ਼ ਹਮੇਸ਼ਾ ਬਖਸ਼ਿਸ਼ ਬਣਦਾ। ਉਹ ਜਿੱਥੇ ਬੈਠਦੇ ਨੇ, ਜਿਵੇਂ ਬੈਠਦੇ ਨੇ, ਉਹ ਜਿੱਥੋਂ ਉੱਠਦੇ ਨੇ, ਜਿਵੇਂ ਉੱਠਦੇ ਨੇ, ਉਹ ਜਿਹੋ ਜਿਹਾ ਜੀਵਨ ਜਿਉਂਦੇ ਨੇ, ਉਹੋ ਜਿਹਾ ਪ੍ਰਚਾਰ ਹੁੰਦਾ ਅਤੇ ਉਹੋ ਜਿਹਾ ਪ੍ਰਚਾਰ ਹੁੰਦਾ ਚਲਾ ਜਾਂਦਾ। ਸੋ ਆਪਾਂ ਇਹ ਪ੍ਰਚਾਰ ਦੀ ਗੱਲ ਨਾਲੋਂ ਜ਼ਿਆਦਾ ਜਿਹੜਾ ਸਿੱਖੀ ਦੇ ਵਿੱਚ ਪ੍ਰਸਾਰ ਦੀ ਗੱਲ ਚੱਲਦੀ ਇੱਕ ਦੂਜੇ ਨੂੰ ਦੇਖੀਏ, ਆਪਾਂ ਉਹਦੀ ਗੱਲ ਦੇ ਨਾਲ ਜੁੜੀਏ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਕਿ ਅੱਜ ਉਹ ਅਸਥਾਨ, ਕਿਉਂਕਿ ਜਦੋਂ ਅੱਜ ਵੀ ਆਪਾਂ ਦੇਖਦੇ ਹਾਂ ਇਸ ਇਲਾਕੇ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਜਿੱਦਾਂ ਵੱਡੇ ਨਗਰਾਂ 'ਚ ਬੈਠੀ ਆ, ਪਰ ਮਹਾਂਪੁਰਸ਼ਾਂ ਨੇ ਇਹ ਸਥਾਨ ਚੁਣਿਆ ਤਾਂ ਕਰਕੇ ਸ਼ਾਇਦ ਕਿਉਂਕਿ ਪਰਉਪਕਾਰੀ ਬਿਰਤੀ ਸੀ, ਨਹੀਂ ਤਾਂ ਜੇ ਕਿਤੇ ਸੰਗਤਾਂ ਜੋੜ ਕੇ ਜੇ ਕਿਤੇ ਵੱਡੇ ਅਸਥਾਨ ਬਣਾਉਣੇ ਹੁੰਦੇ, ਬਹੁਤ ਵੱਡੇ ਬਣਾਉਣੇ ਹੁੰਦੇ, ਤਾਂ ਵੱਡੇ ਥਾਵਾਂ 'ਤੇ ਵੀ ਚੁਣਿਆ ਜਾ ਸਕਦਾ, ਪਹਿਲਾਂ ਵੀ ਚੁਣਿਆ ਜਾ ਸਕਦਾ ਸੀ, ਪਰ ਉਹਨਾਂ ਨੇ ਸ਼ਾਇਦ ਚੁਣਿਆ ਹੀ ਇਸੇ ਕਰਕੇ ਹੋਵੇ ਕਿ ਇੱਥੇ ਕਿਸੇ ਹੋਰ ਨੇ ਸ਼ਾਇਦ ਨਹੀਂ ਬੈਠਣਾ, ਇੱਥੇ ਲੋੜ ਹੈ ਸਾਰਿਆਂ ਦੀ, ਇੱਥੇ ਇਹ ਇੱਕ ਕੇਂਦਰ ਬਣ ਸਕਦਾ। ਸੋ ਇਹਨੂੰ ਉਸ ਤਰੀਕੇ ਨਾਲ ਜੋੜ ਕੇ ਕਿ ਅੰਮ੍ਰਿਤ ਸੰਚਾਰ ਦਾ ਕੇਂਦਰ ਬਣਨਾ ਹੈ, ਅੰਮ੍ਰਿਤ ਪ੍ਰਚਾਰ ਦਾ ਕੇਂਦਰ ਬਣਨਾ ਹੈ, ਗੁਰਮਤ ਪ੍ਰਚਾਰ ਦਾ ਕੇਂਦਰ ਬਣਨਾ ਹੈ, ਅਤੇ ਬਖਸ਼ਿਸ਼ ਵੰਡ ਹੋਣੀ ਉਹਦਾ ਕੇਂਦਰ ਬਣਨਾ ਹੈ ਵੱਡਿਆਂ ਭਾਗਾਂ ਨਾਲ ਜੁੜੇ ਹੋਏ ਇਸ ਸਥਾਨ ਦੇ ਲਈ 25 ਵਰ੍ਹੇ ਹੋਏ, ਇਹਦੇ ਲਈ ਬਹੁਤ ਜ਼ਿਆਦੀਆਂ ਵਧਾਈਆਂ। ਮਹਾਂਪੁਰਸ਼ਾਂ ਦੀ ਯਾਦ 'ਚ ਬੈਠੇ ਹੋ, ਮਹਾਂਪੁਰਸ਼ਾਂ ਦੀ ਬਰਸ਼ੀਆਂ ਮਨਾਉਣ ਦਾ ਤਾਂ ਹੀ ਫਾਇਦਾ ਹੁੰਦਾ ਕਿ ਸੀਨਾ ਪਸੀਨਾ ਚੱਲਦੀ ਆਉਂਦੀ ਗੱਲ ਸਾਨੂੰ ਯਾਦ ਰਹਿ ਜਾਏ, ਜਿੱਦਾਂ ਬਾਬਾ ਗਿਆਨ ਸਿੰਘ ਤੋਂ ਚੱਲੀ, ਜਿੱਦਾਂ ਬਾਬਾ ਬਸੰਤ ਸਿੰਘ ਤੋਂ ਚੱਲੀ, ਜਿੱਦਾਂ ਹਰਨਾਮ ਬਾਬਾ ਹਰਨਾਮ ਸਿੰਘ ਜਾਨ ਨਾਲ ਚੱਲੀ, ਉਹ ਸੀਨਾ ਪਸੀਨਾ ਗੱਲ ਚੱਲਦੀ ਗੱਲ ਯਾਦ ਰਹਿ ਜਾਏ, ਅਤੇ ਉਹਨਾਂ ਦੇ ਰਾਹੀਂ ਚੱਲਦੀ ਚੱਲਦੀ ਸੀਨਾ ਪਸੀਨਾ ਗੱਲ ਅਸੀਂ ਗੁਰੂ ਸਾਹਿਬ ਨਾਲ ਜੁੜ ਜਾਈਏ ਔਰ ਬਿਲਕੁਲ ਮੂਲ ਰੂਪ 'ਚ ਜੁੜ ਜਾਈਏ, ਮੂਲ ਰੂਪ 'ਚ ਜੁੜ ਜਾਈਏ। ਸੋ ਵੱਡਿਆਂ ਭਾਗਾਂ ਵਾਲੇ ਉਹ ਜੁੜੇ ਹੋਏ ਹੋ, ਸਤਿਗੁਰੂ ਕਿਰਪਾ ਕਰੇ, ਸਤਿਗੁਰੂ ਸਾਡੇ 'ਤੇ ਬਖਸ਼ਿਸ਼ਾਂ ਬਣਾਈ ਰੱਖੇ। ਮੈਨੂੰ ਪਤਾ ਸਮਾਂ ਬੜਾ ਕਸਵਾ, ਮੈਂ ਖਿਮਾ ਜਾਚਨਾ ਵੀ ਕਰ ਦੇਣੀ, ਮਹਾਂਪੁਰਸ਼ਾਂ ਦਾ ਬਹੁਤ ਜ਼ਿਆਦਾ ਧੰਨਵਾਦ, ਬਹੁਤ ਨਵਾਜਦੇ ਨੇ ਜਦੋਂ ਵੀ ਕਿਤੇ, ਬਹੁਤ ਘੱਟ ਸੰਗਤ ਕਰਨ ਦਾ ਮੌਕਾ ਮਿਲਿਆ, ਪਰ ਜਦੋਂ ਵੀ ਕਿਤੇ ਸੰਗਤ ਹੁੰਦੀ ਉਦੋਂ ਹੀ ਨਵਾਜਿਆ। ਮੇਰੀ ਕਿਤਾਬ ਜਦੋਂ ਅਨੰਦਪੁਰ ਸਾਹਿਬ ਦਾ 350 ਸਾਲਾ ਸੀ ਅਤੇ ਕਿਤਾਬ ਸੀ ਹਜ਼ੂਰੀ ਸ਼ਹੀਦ, ਮਹਾਂਪੁਰਸ਼ਾਂ ਨੇ ਅਤੇ ਮਹਾਂਪੁਰਸ਼ਾਂ ਨੇ ਆਪ ਨਾਲ, ਕਿਉਂਕਿ ਇਹਨਾਂ ਦੀ ਬਦੌਲਤ ਹੀ ਬਾਕੀ ਵੀ ਮਹਾਂਪੁਰਸ਼ ਉੱਥੇ ਜਿਹੜੇ ਸਾਰੇ ਸਨ, ਸੰਤ ਬਾਬਾ ਗਿਆਨ ਦੇਵ ਸਿੰਘ ਜੀ ਜਿਹੜੇ ਨਿਰਮਲਿਆ ਮਹਾਂਪੁਰਸ਼ ਸ਼੍ਰੀ ਮਹੰਤ ਦੇ ਤੌਰ 'ਤੇ ਮੈਂ ਹੁਣ ਵੀ ਹਰਿਦੁਆਰ ਜਾ ਕੇ ਆਇਆ, ਉਹਨਾਂ ਦੇ ਉੱਥੇ ਸਥਾਨ 'ਤੇ ਜਾ ਕੇ ਦਰਸ਼ਨ ਕਰਕੇ ਆਇਆ, ਉਹ ਨਾਲ ਉਹ ਵੀ ਸਾਡੀ ਸਿੱਧੀ ਜਾਣ ਪਛਾਣ ਨਹੀਂ ਸੀ, ਇਹਨਾਂ ਦੇ ਬਦੌਲਤ ਹੀ ਹੋਈ ਸੀ, ਮਹਾਂਪੁਰਸ਼ਾਂ ਦੀ ਬਦੌਲਤ, ਇਹਨਾਂ ਦਾ ਉਦੋਂ ਦਾ ਵੀ ਧੰਨਵਾਦ ਕਰਨਾ ਬਣਦਾ ਸੀਗਾ। ਪਰ ਇਹ ਉਦੋਂ ਵੀ ਕਿਤਾਬ ਰਿਲੀਜ਼ ਕੀਤੀ ਸੀ ਅਨੰਦਪੁਰ 350 ਸਾਲਾਂ 'ਤੇ ਵੀ, ਅਤੇ ਜਦੋਂ ਵੀ ਕਿਤੇ ਮਿਲੇ ਇਹਨਾਂ ਨੇ ਅਸੀਸਾਂ ਦਿੱਤੀਆਂ, ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਔਰ ਮੈਂ ਅਰਦਾਸ ਬੇਨਤੀ ਸਤਿਗੁਰੂ ਦੇ ਅੱਗੇ ਕਿ ਮਹਾਂਪੁਰਸ਼ਾਂ ਦੀਆਂ ਅਤੇ ਸੰਗਤਾਂ ਦੀਆਂ ਇਹ ਅਸੀਸਾਂ ਹਮੇਸ਼ਾ ਲਈ ਬਣੀਆਂ ਰਹਿਣ। ਇੰਨੇ ਸ਼ਬਦਾਂ ਦੇ ਨਾਲ ਸਮੂਹ ਪ੍ਰਬੰਧਕਾਂ ਦਾ, ਸਾਰੇ ਪ੍ਰਬੰਧ ਮੈਂ ਇਕੱਲੇ ਇਕੱਲੇ ਦਾ ਨਾਂ ਲੈਣ ਲੱਗਾ, ਸਮਾਂ ਜ਼ਿਆਦਾ ਲੱਗੇਗਾ, ਮਹਾਂਪੁਰਸ਼ਾਂ ਦੇ ਹੁੰਦੇ ਨਾਂ ਲੈਣੇ ਵੀ ਨਹੀਂ ਚਾਹੀਦੇ ਔਰ ਮਹਾਂਪੁਰਸ਼ਾਂ ਤੋਂ ਬੋਲਣਾ ਬਾਅਦ 'ਚ ਮੈਨੂੰ ਔਖਾ ਵੀ ਲੱਗਦਾ, ਪਰ ਸਾਰਿਆਂ ਦਾ ਹਿਰਦੇ ਤੋਂ ਧੰਨਵਾਦ, ਖਿਮਾ ਜਾਚਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ। ਖੁਲਦੀ ਦੇ ਨਾਲ ਆਪ ਜੀ ਨੇ ਬਚਨ ਕੀਤੇ, ਅੱਜ ਪੰਥ ਨੂੰ ਲੋੜ ਹੈ ਸਾਧ ਸੰਗਤ ਇਹੋ ਜਿਹੇ ਸੇਵਾਦਾਰਾਂ ਦੀ, ਬੁਲਾਰਿਆਂ ਦੀ, ਜਿਹੜੇ ਸਟੇਜ 'ਤੇ ਖੜ੍ਹੇ ਹੋ ਕੇ ਸੱਚ ਨੂੰ ਸੱਚ ਕਹਿ ਸਕਣ। ਜੇ ਸੰਪਰਦਾ ਦੀ ਗੱਲ ਆਪ ਜੀ ਕਰਕੇ ਗਏ ਹੋ, ਰਾਣਾ ਸਾਹਿਬ ਕਰਕੇ ਗਏ, ਸਭ ਤੋਂ ਵੱਡੀ ਇਸਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਘਰ ਕਮਲਾਂ ਦੁਆਰਾ ਸਿਰਫ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਉਸ ਤੋਂ ਬਾਅਦ ਸਾਰੀ ਮਰਿਆਦਾ ਜਿਹੜੀ ਸੀ ਭਾਈ ਦਇਆ ਸਿੰਘ ਜੀ ਨੂੰ ਦੇ ਦਿੱਤੀ। ਉਸ ਤੋਂ ਬਾਅਦ ਜਿੰਨਿਆਂ ਨੇ ਵੀ ਪਹਿਲੇ ਦਿਨ ਵੀ ਅੰਮ੍ਰਿਤ ਛਕਿਆ, 1699 ਦੀ ਵਿਸਾਖੀ ਵਾਲੇ ਦਿਨ, ਇਹ 5 ਪਿਆਰਿਆਂ ਨੇ ਉਹਨਾਂ ਨੂੰ ਛਕਾਇਆ। ਅਸੀਂ ਭਾਗਾਂ ਵਾਲੇ ਹਾਂ ਕਿ ਉਹ ਸੰਪਰਦਾ, ਅੱਜ ਉਸ ਸੰਪਰਦਾ ਦੇ ਮਹਾਂਪੁਰਖ ਸਾਡੇ ਵਿੱਚ ਬੈਠੇ ਨੇ, ਸਾਨੂੰ ਨਿਵਾਜ ਰਹੇ ਨੇ, ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ, ਔਰ ਰਾਣਾ ਸਾਹਿਬ ਦਾ ਇੱਕ ਵਾਰੀ ਫਿਰ ਧੰਨਵਾਦ।
कीर्तनी जथा गुरद्वारा अमृत प्रचार धार्मिक दीवान जू के आप जी ने कीर्तन सरवण कराने लगे बड़े प्यार से आदमी ने राशि कीर्तन सरवण करना जी। वाहेगुरु जी का खालसा वाहेगुरु जी की फतेह। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧੂ ਦੁਨੀਆ ਨੂੰ ਤਾਰਨ ਆਉਂਦੇ ਨੇ ਕਿਨਕਾ ਕਿਨਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰਨ ਆਉਂਦੇ ਨੇ ਕਿਨਕਾ ਕਿਨਕਾ ਦੇ ਕੇ ਨਾਮ ਦਾ ਕਿਨਕਾ ਕਿਨਕਾ ਦੇ ਕੇ ਨਾਮ ਦਾ ਕਿਨਕਾ ਦੇ ਕੇ ਨਾਮ ਦਾ ਮੇਰੇ ਪਿਆਰੇ
मेरे प्यारे तिनका तिनका देखे नाम ਸੋਨਿਆਲ ਸਤਿ ਸ੍ਰੀ ਅਕਾਲ।